ਸਾਨੂੰ ਸਤਿਗੁਰੂ ਜੀ ਨੇ ਪਾਕ ਨੂੰ ਪਵਿੱਤਰ ਗੁਰਬਾਣੀ ਦਾ ਅਮੋਲ ਖਜ਼ਾਨਾ ਬਖਸ਼ ਕੀਤਾ ਔਰ ਇਸ ਗੁਰਬਾਣੀ ਦੀ ਕਿੰਨੀ ਵੱਡੀ ਮਹਾਨਤਾ ਹੈ। ਸਤਿਗੁਰੂ ਜੀ ਆਪ ਗੁਰਬਾਣੀ ਅੰਦਰ ਗੁਰਬਾਣੀ ਦੇ ਫਲ ਦਾ ਮਹਾਤਮਾ ਆਪਣੀ ਨਸਲਾਂ ਤੋਂ ਉਚਾਰਨ ਕਰਦੇ ਹੈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਤੱਕ ਗੁਰੂ ਨਿਸਤਾਰੇ। ਬਾਣੀ ਗੁਰੂ ਵਿੱਚ ਅਭੇਦ ਵਰਤਦੀ ਹੈ, ਗੁਰੂ ਬਾਣੀ ਦੇ ਵਿੱਚ ਅਭੇਦ ਰੂਪ ਵਿੱਚ ਦਸ ਪਾਤਸ਼ਾਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਵਰਤ ਰਹੇ ਹਨ ਔਰ ਗੁਰਬਾਣੀ ਦਾ ਕਿੰਨਾ ਵੱਡਾ ਮਹਾਤਮ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਕਿਸ ਜੀਵ ਡਰ ਨਾ ਹੋਏ, ਇਹ ਗੁਰਬਾਣੀ ਨਿਰੰਕਾਰ ਦਾ ਸਰੂਪ ਹੈ। ਗੁਰਬਾਣੀ ਦੇ ਤੁਲ ਹੋਰ ਕੋਈ ਹੋ ਨਹੀਂ ਸਕਦਾ, ਇਸ ਲਈ ਗੁਰਬਾਣੀ ਸੁਣਨ ਦਾ ਇਤਨਾ ਵੱਡਾ ਫਲ ਹੈ ਜੇ ਕਰੋੜਾਂ ਜਗ ਕਰਕੇ ਵੀ ਦਾਨ ਪੁੰਨ ਕਰਕੇ ਵੀ ਮਨੁੱਖ ਨੂੰ ਤਪ ਸਾਧਨਾ ਕਰਕੇ ਵੀ ਨਿਯਮ ਕਮਾ ਕੇ ਵੀ ਉਹ ਫਲ ਨਹੀਂ ਪ੍ਰਾਪਤ ਹੁੰਦਾ ਜਿਹੜਾ ਗੁਰਬਾਣੀ ਜਪਣ ਔਰ ਸੁਣਨ ਦੇ ਨਾਲ ਜੀਵਨ ਵਿੱਚ ਲਾਭ ਪ੍ਰਾਪਤ ਹੋ ਜਾਂਦਾ ਹੈ। ਬਲਕਿ ਸਤਿਗੁਰੂ ਜੀ ਤਾਂ ਫਰਮਾਨ ਕਰਦੇ ਆ ਗੁਰਬਾਣੀ ਕਹਿ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਵਾਰੇ। ਗੁਰਬਾਣੀ ਦਾ ਕਿਹਾ ਹੋਇਆ ਉਪਦੇਸ਼ ਗੁਰਸਿੱਖ ਸੇਵਕ ਬਣ ਕੇ ਦਾਸਾ ਭਾਵ ਧਾਰ ਕੇ ਜਨ ਬਣ ਕੇ ਸੇਵਕ ਬਣ ਕੇ ਮੰਨ ਲਵੇ ਕਮਾ ਲਵੇ ਤਾਂ ਇਹ ਗੁਰਬਾਣੀ ਸੰਸਾਰ ਭਰ ਲੋਕ ਪ੍ਰਤੱਖ ਪਾਰ ਉਤਾਰਾ ਕਰ ਦਿੰਦੀ ਹੈ। ਇਸ ਲਈ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੀ ਬਹੁਤ ਵੱਡੀ ਕਿਰਪਾ ਹੋਈ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਅਖੰਡ ਪਾਠਾਂ ਦੀ ਲੜੀ ਅਪੋਤਰੀ ਪ੍ਰਾਰੰਭ ਕੀਤੀ ਗਈ ਸੀ ਔਰ ਸੰਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਤਾਨ ਮਨ ਧਨ ਦੁਆਰਾ ਇਸ ਪਾਠ ਨੂੰ ਗੁਰਬਾਣੀ ਦੇ ਅਖੰਡ ਪ੍ਰਵਾਹ ਦੇ ਅੰਦਰ ਸੇਵਾਵਾਂ ਕੀਤੀਆਂ ਔਰ ਵੱਡਿਆਂ ਭਾਗਾਂ ਵਾਲੇ ਸਮਾਂ ਕੱਢ ਕੇ ਗੁਰਬਾਣੀ ਦਾ ਪਾਠ ਵੀ ਸਰਵਣ ਕਰਦੇ ਰਹੇ ਔਰ ਉਹ ਧਰਮਤਾ ਦੇ ਯੋਗ ਵੀ ਹਨ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਉਹ ਵੀ ਧਰਮਤਾ ਦੇ ਯੋਗ ਹਨ। ਸੋ ਤੁਹਾਡੇ ਸੁਣਨ ਦੇ ਨਾਲ ਗੁਰਬਾਣੀ ਦਾ ਪ੍ਰਵਾਹ ਨਿਰੰਤਰ ਲਗਾਤਾਰ ਚੱਲਿਆ। ਅੱਜ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਹ ਪ੍ਰਵਾਹ ਨਿਰਮਿਤ ਸੰਪੂਰਨ ਅਤੇ ਸਫਲ ਹੋਏ ਹਨ। ਅੱਜ ਵੈਸਾਖ ਦੇ ਮਹੀਨੇ ਦੀ ਸੰਗਰਾਂਦ ਦਾ ਵੀ ਸ਼ੁਭ ਦਿਹਾੜਾ ਹੈ ਔਰ ਵੈਸਾਖੀ ਦਾ ਗੁਰਪੁਰਬ ਵੀ ਹੈ। ਸਤ ਸੰਗਤ ਜੀ ਗੁਰ ਇਤਿਹਾਸ ਦੀ ਸੰਖੇਪ ਰੂਪ ਦੇ ਵਿੱਚ ਵਿਚਾਰ ਕਰਨੀ ਹੈ। ਵੈਸਾਖੀ ਗੁਰੂ ਘਰ ਦੇ ਵਿੱਚ ਕਦੋਂ ਤੋਂ ਪ੍ਰਾਰੰਭ ਕੀਤੀ ਗਈ? ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਦੇ ਉੱਤੇ ਸੁਭਾਇਮਾਨ ਹਨ। ਹਜ਼ੂਰ ਨੇ ਬਿਆਸ ਦਰਿਆ ਦੇ ਕਿਨਾਰੇ ਤੇ ਇਹ ਨਗਰੀ ਇਹ ਮਹਾਨ ਪਵਿੱਤਰ ਗੁਰ ਤੀਰਥ ਵਸਾਉਣਾ ਕੀਤਾ। ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਮੌਲੀ ਸਾਹਿਬ ਜੀ ਦੀ ਉੱਤੇ ਸੇਵਾ ਕਰਵਾਈ ਔਰ ਜਦੋਂ ਸਭ ਤੋਂ ਪਹਿਲਾਂ ਗੁਰ ਤੀਰਥ ਰਚਿਆ ਗਿਆ ਮੌਲੀ ਸਾਹਿਬ ਦੀ ਸੇਵਾ ਆਰੰਭ ਹੋਈ। ਉਸ ਸੇਵਾ ਦੀ ਆਰੰਭਤਾ ਦੇ ਵਿੱਚ ਧੰਨ ਬਾਬਾ ਵੱਡਾ ਸਾਹਿਬ ਜੀ ਨੂੰ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਇਤਨਾ ਸਨਮਾਨ ਔਰ ਸਤਿਕਾਰ ਬਖਸ਼ ਕੀਤਾ ਕਿ ਬੌਲੀ ਸਾਹਿਬ ਜੀ ਦਾ ਜਿਹੜਾ ਟੱਕ ਸੀ ਉਹ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਬੁੱਢਾ ਜੀ ਦੇ ਹਸਤ ਕਮਲਾਂ ਦੁਆਰਾ ਲਵਾਇਆ ਗਿਆ ਔਰ ਜਦੋਂ ਸੇਵਾ ਆਰੰਭ ਕੀਤੀ ਉਦੋਂ ਸਤਿਗੁਰੂ ਜੀ ਨੇ ਥਾਂ ਪੁਰ ਥਾਂ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਆਓ ਭਾਈ ਸਾਰੀ ਲੋਕਾਈ ਦੇ ਵਿੱਚ ਜਾ ਰਹੇ ਦਿਸ਼ਾਵਾਂ ਵਿੱਚੋਂ ਤਾਂ ਦੱਖਣ ਪੂਰਬ ਪੱਛਮ ਲਈ ਜਿੱਥੇ ਜਿੱਥੇ ਵੀ ਗੁਰਸਿੱਖ ਸੰਗਤਾਂ ਵਸਦੀਆਂ ਹਨ ਗੁਰ ਤੀਰਥ ਦੀ ਸੇਵਾ ਆਰੰਭ ਹੋ ਚੁੱਕੀ ਹੈ, ਗੁਰ ਤੀਰਥ ਰਚਿਆ ਜਾ ਰਿਹਾ ਹੈ। ਆਪ ਸੰਗਤਾਂ ਅਸੀਂ ਗੋਇੰਦਵਾਲ ਸਾਹਿਬ ਪਹੁੰਚ ਕੇ ਤਨ ਮਨ ਧਨ ਸਾਧਨਾ ਕਰਕੇ ਆਪਣਾ ਜੀਵਨ ਸਫਲ ਬਣਾਓ। ਸਤਿਗੁਰੂ ਜੀ ਦੀ ਆਗਿਆ ਨੂੰ ਪਾ ਕੇ ਉਹ ਰਾਜੇ ਦੇ ਗੁਰਸਿੱਖ ਮਾਈ ਭਾਈ ਉਹ ਸੇਵਾ ਵਿੱਚ ਅਮਰਤ ਸਰ ਕਰਕੇ ਲੱਗੇ। ਆਪ ਜੀ ਦੇ ਰਹਿਣ ਵਾਲੀ ਮਹਾਂਪੁਰਖ ਗਿਆਨ ਦੀ ਅਵਸਥਾ ਨੂੰ ਪ੍ਰਾਪਤ
माता सेवा माई सेवा इन्हें नाम कहा जाता है। उन्होंने भी उस सेवा दे बड़ी भारी पगड़ी हुई और बहुत बड़िया सेवावान बाबा बुढ़ा जी जैसे महापुरुष और धन श्री गुरु रामदास साहिब साढ़े पातशाह जी आप तीसरे पातशाह जी की शरण में चलते मौली साहिब जी दी हथी कार सेवा हथी शीस उत्ते टोकरियां ढोइया अपने हस्तकंधा के नाल चूना रला के उन्हां दी कढ़ाई दे विच शीस उत्ते बाटे भर भर के आप लैके जाते रहे उन्हां चुक के लैके जाते रहे बहुत वड्डी सेवा की गई। जदों मौली साहिब जी की सेवा संपूर्ण हुई तो हजूर ने 84 पौड़ियां भी नाल इस सेवा की संपूर्णता के वक्त आप बनावा कीतिया सन और उस वक्त सतगुरु महाराज जी ने बैसाखी के दिहाड़े ते इस मौली साहिब जी की सेवा का संपूर्णता का शुकराने का समागम अपनी हजूरी दे विच करवाया और वचन किया कि जो गुरसिख माई पाई नंत रूपी का कोई भी मनुख श्री गोइंदवाल साहिब श्री पौड़ी साहिब विखे आ गए पौड़ी साहिब के अंदर श्वेत केसी इनान करके थल्यो उत्ते को पहली पौड़ी तो लैके 84 पौड़ियां के उत्ते निर्विघन निरंतर बिना बाहर जाया श्री डबी साहिब जी का पाठ हर पौड़ी से इशनान करके बैठ के जा खड़ो के श्री रवनी साहिब जी का पाठ करद्या करद्या 84 इशनान और 84 रवनी साहिब जी के जाप पाठ करके जो देर करा के अरदास करेगा उसकी 84 कट्टी जाएगी। सात संग जी इतना बड़ा तीर्थ के कलयुग के समय में ये 84 रवनी साहिब जी के पाठ और 84 ही इशनान लगातार करने के नाल लगातार श्री डबी साहिब जी के पाठ करने के नाल गुरसिख की 84 माई भाई की 84 कट्टी जाती है। इतना सस्ता मुक्ति का महाराज साहब जी ने सानू दर दिता इतना मुक्ति प्राप्त करता सस्ता सौदा सानू कलयुग के विच मिलिया इतनी महान बख्शिश और रहमत मिली अज तक ऐसी बख्शिश दुनिया के उत्ते वड्डे वड्डे पीर पैगंबर अवतार ऋषि मुनि तपस्वी भी होए वह भी ऐसी बख्शिश की इस उगाई के उत्ते करते गए जिड़िया बख्शिशा मेरे सतगुरु जी ने आप बख्शिशा करके रहमत करके गोइंदवाल साहिब विखे कीतियां। सो सात साधे जी ਇਹ ਗੁਰੂ ਦੇ ਤੀਰਥ ਹਨ ਗੁਰ ਅਸਥਾਨ ਹਨ ਇਹਨਾਂ ਦੇ ਉੱਤੇ ਸਾਨੂੰ ਪੂਰਨ ਦ੍ਰਿੜਤਾ ਭਾਵਨਾ ਸ਼ਰਧਾ ਭਰੋਸੇ ਦੇ ਨਾਲ ਦਰਸ਼ਨ ਦੀਦਾਰ ਕਰਨੇ ਇਸ਼ਨਾਨ ਕਰਨੇ ਯਾਤਰਾ ਕਰਨੀ ਜਿਸ ਕਰਕੇ ਸਾਡਾ ਮਨੁੱਖਾ ਜੀਵਨ ਸਫਲ ਹੋ ਜਾਏ। ਜਿਸ ਗੁਰ ਤੀਰਥ ਦੀ ਸੇਵਾ ਧੰਨ ਗੁਰੂ ਅਮਰਦਾਸ ਜੀ ਨੇ ਆਪਣੀ ਅਗਵਾਈ ਵਿੱਚ ਕਰਵਾਈ ਚੌਥੇ ਗੁਰਦੇਵ ਜੀ ਆਪ ਆਪਣੇ ਸੀਸ ਤੇ ਟੋਕਰੀਆਂ ਢੋਂਦੇ ਰਹੇ ब्रह्म ज्ञानी गुरसिख उस सेवा दे विच लगे रहे वो कितना महान गुर तीर्थ और पवित्र धरती है जिसकी महिमा गुरबाणी में आई है गोविंदवाल गोविंदपुरी साम जनन तीर्थ पास बनाए भट्टा के समझा विच गोविंदवाल साहब को गोविंद की वाहिगुरु पूरी सतगुरु महाराज जी ने आप अपनी इस अस्थान की महिमा वर्णन करते हुए गुरबाणी आया है। जनरल भट्ट जी फरमान करते हैं जो धन गुरु अर्जन देव जी के साक्षात हो के उन्होंने श्री हरिमंदर साहिब सतगुरों की महिमा उसमत कीर्ति गाँवे हुए तीसरे पातशाह जी के सवैया द्वारा सतगुरों का जस कायम किया कह लगे सच्चे पातशाह एक तो वाहिगुरु की दरगाह सचखंड है ਜਿੱਥੇ ਕੋਈ ਭਗਤੀ ਸਿਮਰਨ ਸੇਵਾ ਗੁਰਸਿੱਖੀ ਨੂੰ ਕਮਾ ਕੇ ਬੜੀ ਮੁਸ਼ਕਲ ਦੇ ਨਾਲ ਸਤਖੰਡ ਦੇ ਵਿੱਚ ਥਾਂ ਪ੍ਰਾਪਤ ਕਰਦਾ ਹੈ ਪਰ ਮਹਾਰਾਜ ਕਲਯੁਗ ਦੇ ਵਿੱਚ ਮਾਤ ਲੋਕ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਮਾਤ ਲੋਕ ਦਾ ਸਤਖੰਡ ਮਾਤ ਲੋਕ ਦੀ ਗੋਬਿੰਦ ਵਾਹਿਗੁਰੂ ਦੀ ਪੂਰੀ ਸ੍ਰੀ ਗੋਬਿੰਦਵਾਲ ਸਾਹਿਬ ਨੇ ਇਸ ਧਰਤੀ ਦੇ ਉੱਤੇ ਤੁਸੀਂ ਸਥਾਪਨ ਕਰ ਦਿੱਤਾ ਹੈ ਸੱਚੇ ਪਾਤਸ਼ਾਹ
ਇਹ ਕਿਤਨਾ ਵੱਡਾ ਤੁਸੀਂ ਪਰਉਪਕਾਰ ਕੀਤਾ ਹੈ। ਅੱਜ ਕੁਝ ਲੋਕ ਐਸੇ ਮਹਾਨ ਤੀਰਥਾਂ ਦੇ ਉੱਤੇ ਵੀ ਸ਼ੱਕੇ ਪੈਦਾ ਕਰ ਰਹੇ ਹਨ, ਸਾਡੇ ਵਿਸ਼ਵਾਸ ਨੂੰ ਕੋਰਾ ਲਾ ਰਹੇ ਹਨ, ਸਾਡੀ ਭਾਵਨਾ ਨੂੰ ਆਏ ਦਿਨ ਸ਼ੱਕ ਮਾਰ ਰਹੇ ਹਨ। ਉਹਨਾਂ ਮਾਨੁਕ ਅਤੇ ਬੇਮੁਖ ਲੋਕਾਂ ਦੀਆਂ ਮਨਮੁਖ ਵਾਲੀਆਂ ਵਿਚਾਰਾਂ ਤੋਂ ਆਪਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਜਿੱਥੇ ਸਤਿਗੁਰੂ ਜੀ ਨੇ ਆਪ ਸੇਵਾਵਾਂ ਕੀਤੀਆਂ, ਜਿੱਥੇ ਮਹਾਂਪੁਰਖ ਗੁਰਸਿੱਖ ਸੇਵਾਵਾਂ ਕਰਦੇ ਰਹੇ, ਮਹਾਂਪੁਰਖ ਦਮਦਮੀ ਟਕਸਾਲ ਦੇ ਗਿਆਰਵੇਂ ਮੁਖੀ ਪੰਚ ਰਤਨ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਦੱਸੋ ਉਹਨਾਂ ਨਾਲੋਂ ਵੱਡਾ ਪੰਥ ਦਾ ਕੌਣ ਵੱਡਾ ਵਿਦਵਾਨ, ਵੱਡੀ ਕਰਨੀ ਵਾਲਾ ਪੂਰਨ ਮਹਾਂਪੁਰਖ ਪੰਥ ਜੀ, ਜਿਨ੍ਹਾਂ ਨੇ ਬਹੁਤ ਵੱਡੀ ਘਾਲਣਾ ਘਾਲ ਘਾਲ ਕੇ ਗੁਰਦੁਆਰਿਆਂ ਦੀ ਸੁਧਾਰ ਲਹਿਰ ਦੇ ਵਿੱਚ ਪੰਥਕ ਮੋਰਚਿਆਂ ਦੇ ਵਿੱਚ ਅੱਗੇ ਹੋ ਕੇ ਬਹੁਤ ਵੱਡੀਆਂ ਪੰਥ ਦੀਆਂ ਸੇਵਾਵਾਂ ਨਿਭਾਈਆਂ ਹੋਣ, ਉਹ ਸਤਿਪੁਰਸ਼ ਗੋਇੰਦਵਾਲ ਸਾਹਿਬ ਜਾਣ ਕੇ ਆਪ 84 ਰੋਟੀਆਂ ਦੇ ਉੱਤੇ 84 ਇਸ਼ਨਾਨ 84 ਪਾਠ ਕਰਦੇ ਰਹੇ। ਫਿਰ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਔਰ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦਾ ਬਚਨ ਕਰਿਆ ਕਰਦੇ। ਇਹ ਮਹਾਂਪੁਰਖਾਂ ਵੱਡਿਆਂ ਦੀ ਆਗਿਆ ਨਾਲ ਦਾਸ ਨਾਟਕਾਂ ਦੇ ਕਈ ਵੇਲੀ ਜਾ ਕੇ ਗੋਇੰਦਵਾਲ ਸਰਮੌਲੀ ਸਾਹਿਬ ਦੇ ਅੰਦਰ ਇਸ਼ਨਾਨ ਔਰ 84 ਪਾਠ, ਇਹ ਸਾਰੀ ਪ੍ਰਜਾ ਦਾ ਗੁਰੂ ਸਾਹਿਬ ਨੇ ਕਿਰਪਾ ਕਰਕੇ ਨਿਭਾਈ ਹੈ। ਔਰ ਮਹਾਂਪੁਰਖ ਜਥੇ ਦੇ ਸਿੰਘਾਂ ਨੂੰ ਚੇਚਾ ਸਾਧ ਸੰਗਤ ਜੀ ਗੋਇੰਦਵਾਲ ਸਾਹਿਬ ਭੇਜ ਕੇ ਇਹ ਸਾਰੀ ਮਰਿਆਦਾ ਵੀ ਕਰਵਾਇਆ ਕਰਦੇ ਸਨ। ਬ੍ਰਹਮ ਗਿਆਨੀ ਸੰਤ ਬਾਬਾ ਅਤੇ ਸਿੰਘ ਜੀ ਵਰਗੇ ਮਹਾਂਪੁਰਖ, ਸੰਤ ਬਾਬਾ ਜਵਾਲਾ ਸਿੰਘ ਜੀ ਵਰਗੇ ਮਹਾਂਪੁਰਖ, ਇਸੇ ਤਰ੍ਹਾਂ ਸੰਤ ਬਾਬਾ ਮੱਕਰ ਸਿੰਘ ਜੀ ਰਾਮਗੜ੍ਹ ਵਾਲੇ ਮਹਾਂਪੁਰਖ, ਸੰਤ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ, ਇਹਨਾਂ ਤਿੰਨਾਂ ਸਤਿਪੁਰਸ਼ਾਂ ਦਾ ਸੰਤ ਬਾਬਾ ਨੰਦ ਸਿੰਘ ਜੀ ਨਾਮ ਸੰਕਲੇਰਾਂ ਵਾਲੇ, ਐਸੀਆਂ ਕਰਨੀ ਵਾਲੀਆਂ ਇਹ ਸਾਡੇ ਸਮੇਂ ਵਿੱਚ ਸਾਡੇ ਤੋਂ ਪਹਿਲਾਂ ਹੋਰ ਵੀ ਬਤੀਤ ਹੋ ਚੁੱਕੀਆਂ, ਗੁਜ਼ਰ ਚੁੱਕੀਆਂ ਮਹਾਨ ਪਵਿੱਤਰ ਆਤਮਾ ਮਹਾਂਪੁਰਖ, ਉਸ ਹੋਰ ਤੀਰਥ ਦੇ ਸਤਿਗੁਰੂ ਜੀ ਦੇ ਬਚਨ ਮੰਨ ਕੇ ਸੇਵਾਵਾਂ ਇਸ਼ਨਾਨ ਬਾਣੀ ਦਾ ਪਾਠ ਕਰਦੇ ਰਹੇ। ਸੋ ਸਾਨੂੰ ਵੀ ਸਤਿਗੁਰੂ ਜੀ ਦੀ ਭੈ ਭਾਵਨਾ ਵਿੱਚ ਹੀ ਰਹਿ ਕੇ ਇਹਨਾਂ ਅਸਥਾਨਾਂ 'ਤੇ ਹਾਜ਼ਰੀ ਭਰਨੀ ਚਾਹੀਦੀ ਹੈ। ਔਰ ਵਿਸਾਖੀ ਦਾ ਦਿਹਾੜਾ ਆਇਆ, ਗੋਇੰਦਵਾਲ ਸਾਹਿਬ ਵਿਖੇ ਬੌਲੀ ਸਾਹਿਬ ਜੀ ਦੀ ਸਤਿਗੁਰੂ ਜੀ ਨੇ ਸੰਪੂਰਨਤਾ ਕਰਕੇ, ਜਿਹਨੂੰ ਅੱਜ ਕੱਲ੍ਹ ਆਪਾਂ ਕਹਿ ਦਿੰਦੇ ਹਾਂ ਉਦਘਾਟਨ ਕੀਤਾ ਗਿਆ, ਕਹਿ ਲਓ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਆਪ ਇਸ਼ਨਾਨ ਕੀਤਾ, ਫਿਰ ਸੰਗਤਾਂ ਨੂੰ ਇਸ਼ਨਾਨ ਕਰਨ ਦੀ ਆਗਿਆ ਕੀਤੀ ਸੱਚੇ ਪਾਤਸ਼ਾਹ ਜੀ ਨੇ। ਅੱਜ ਦੇ ਦਿਨ ਬੌਲੀ ਸਾਹਿਬ ਜੀ ਦਾ ਉਦਘਾਟਨ ਕੀਤਾ ਗਿਆ, ਇਤਿਹਾਸ ਵਿੱਚ ਝੱਟ ਕਿਹਾ ਜਾਂਦਾ ਹੈ, ਚੱਟ ਕੀਤੀ ਗਈ, ਲੰਗਰ ਚਲਾਏ ਗਏ, ਦੀਵਾਨ ਸਜਾਏ ਗਏ। ਔਰ ਸਾਧ ਸੰਗਤ ਜੀ, ਵੈਸਾਖ ਦਾ ਮਹੀਨਾ ਹੈ, ਸੰਗਰਾਂਦ ਦਾ ਦਿਨ ਹੈ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜੁੜੀਆਂ। ਭਾਈ ਪਾਰੋ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ, ਡੱਲੇ ਲੱਗੇ ਦੇ ਰਹਿਣ ਵਾਲੇ ਮਹਾਂਪੁਰਖ ਬ੍ਰਹਮ ਗਿਆਨੀ ਗੁਰਸਿੱਖ ਸਨ, ਕਿ ਗੁਰੂ ਗਰੀਬ ਨਿਵਾਸ ਜੀ ਗੁਰੂ ਘਰ ਦੇ ਵਿੱਚ ਸਾਲ ਵਿੱਚ ਕੋਈ ਵੱਡਾ ਜੋੜ ਮੇਲਾ ਨਹੀਂ ਮਨਾਇਆ ਜਾਂਦਾ, ਸੰਗਰਾਂਦ ਨੂੰ ਮੱਸਿਆ ਨੂੰ ਪੁੰਨਿਆ ਨੂੰ ਬੇਅੰਤ ਸੰਗਤਾਂ ਗੁਰੂ ਘਰ ਦੇ ਵਿੱਚ ਹਰ ਮਹੀਨੇ ਵੀ ਆਉਂਦੀਆਂ ਹਨ। ਨੇਤਾ ਪ੍ਰਤੀ ਵੀ ਆਪ ਜੀ ਦੇ ਚਰਨਾਂ ਵਿੱਚ ਆ ਕੇ ਆਪ ਜੀ ਦੇ ਦਰਸ਼ਨ ਕਰਦੀਆਂ, ਕੀਰਤਨ ਕਥਾ ਸੁਣਦੀਆਂ ਹਨ। ਪਰ ਸਤਿਗੁਰੂ ਜੀ, ਸਾਲ ਦਾ ਇੱਕ ਐਸਾ ਜੋੜ ਮੇਲਾ ਆਪ ਆਰੰਭ ਕਰੋ ਜਿਸ ਨਾਲ ਸੁਣਦੀਆਂ ਸੰਗਤਾਂ ਸਾਲ ਬਾਅਦ ਇੱਕ ਵੇਲੇ ਆਪ ਜੀ ਦੇ ਚਰਨਾਂ ਵਿੱਚ ਆ ਕੇ ਹਾਜ਼ਰੀ ਭਰ ਦਰਸ਼ਨ ਕਰਨ। ਔਰ ਜਿਹੜੇ ਸਿੱਖ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਬੈਠੇ ਹੈ, ਜਿਵੇਂ ਤੁਸੀਂ ਹੁਣ ਦੇਖੋ ਪੰਜਾਬ ਤੋਂ ਕਿੰਨੀ ਦੂਰ ਹਜ਼ਾਰਾਂ ਕਿਲੋਮੀਟਰ ਮੁੰਬਈ ਵਿੱਚ ਬੈਠੇ ਹੋ, ਇਸੇ ਤਰ੍ਹਾਂ ਸੰਗਤਾਂ ਬਹੁਤ ਦੂਰ ਦੂਰ ਤੱਕ ਬੈਠੀਆਂ ਹੁੰਦੀਆਂ ਸਨ, ਪ੍ਰਦੇਸ਼ਾਂ ਵਿੱਚ ਵੀ ਮੁੜ ਕੇ ਸਿੱਖ ਮਾਈ ਭਾਈ ਵਿਰਾਸ ਰੱਖਦੇ ਸਨ। ਸਤਿਗੁਰੂ ਜੀ, ਕਿਰਪਾ ਕਰੋ, ਕੋਈ ਐਸਾ ਜੋੜ ਮੇਲਾ ਇੱਕ ਆਰੰਭ ਕਰੋ ਇਸ ਧਰਤੀ ਦੇ ਉੱਤੇ ਗੋਇੰਦਵਾਲ ਸਾਹਿਬ ਵਿਖੇ, ਜਿਸ ਦਿਨ ਸਾਰੀ ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਸੰਗਤਾਂ ਆਪ ਜੀ ਦੇ ਦਰਸ਼ਨ ਕਰਨ ਆਉਣ। ਔਰ ਦੂਰ ਦੁਰਾਡੇ ਔਰ ਸਿੱਖਾਂ ਦੀ ਆਪਸ ਦੇ ਵਿੱਚ ਇੱਕ ਸਾਂਝ, ਇੱਕ ਭਾਈਚਾਰਾ, ਇੱਕ ਮਿਲ ਵਰਤਣ ਦਾ ਪ੍ਰੇਮ ਭਾਵ ਗੁਰਸਿੱਖਾਂ ਦਾ ਬਣੇ,
ਇੱਕ ਦੂਸਰੇ ਦੇ ਨਾਲ ਨਾਤੇ ਅਤੇ ਰਿਸ਼ਤੇਦਾਰੀਆਂ ਵੀ ਬਣ, ਪ੍ਰਿਆ ਪ੍ਰੇਮ ਵੀ ਬਣੇ, ਉਹ ਗੁਰਸਿੱਖ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਭਾਈ ਵਾਲ ਵੀ ਬਣ, ਗੁਰਸਿੱਖ ਸੰਗਤਾਂ ਇੱਕ ਪਰਿਵਾਰ ਵਾਂਗ ਆਪਸ ਦੇ ਵਿੱਚ ਮਿਲ ਕੇ ਰਹਿ ਸਕਣ। ਸਤਿਗੁਰੂ ਜੀ ਐਸਾ ਜੋੜ ਮੇਲਾ ਆਪ ਜੀ ਨਿਸ਼ਚਿਤ ਕਰੋ। ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ, ਭਾਈ ਵੈਸਾਖੀ ਦੇ ਦਿਹਾੜੇ ਤੇ ਵੈਸਾਖ ਮਹੀਨੇ ਦੀ ਸੰਗਰਾਂਦ ਨੂੰ ਗੁਰੂ ਘਰ ਦੇ ਅੰਦਰ ਇਹ ਜੋੜ ਮੇਲਾ ਆਰੰਭ ਕੀਤਾ ਜਾਂਦਾ ਹੈ ਔਰ ਸੰਗਤਾਂ ਨੂੰ ਗੁਰੂ ਨਾਮ ਭੇਜੋ ਕਿ ਵਿਸਾਖੀ ਤੇ ਸਮੁੱਚੀਆਂ ਸੰਗਤਾਂ ਗੋਇੰਦਵਾਲ ਸਾਹਿਬ ਆਉਣ ਤੇ ਭਾਰੀ ਜੋੜ ਮੇਲਾ ਮਨਾਇਆ ਜਾਵੇ। ਸੋ ਵਿਸਾਖੀ ਦੇ ਦਿਹਾੜੇ ਤੇ ਬਹੁਤ ਵੱਡਾ ਦੀਵਾਨ ਸ੍ਰੀ ਗੋਇੰਦਵਾਲ ਸਾਹਿਬ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਹਾਜ਼ਰੀ ਵਿੱਚ ਸਤਿਗੁਰਾਂ ਦੀ ਅਗਵਾਈ ਵਿੱਚ ਸਜਾਇਆ ਗਿਆ। ਬੜੀਆਂ ਸੁੰਦਰ ਚਾਂਦੀਆਂ ਲੱਗੀਆਂ ਸਤਿਗੁਰਾਂ ਤੇ ਬੜਾ ਸੁੰਦਰ ਚੰਦੋਆ ਤਣ ਰਿਹਾ ਹੈ, ਬੜਾ ਹੀ ਸੁੰਦਰ ਸਭੋ ਕੁਲੀ ਸਿੰਘਾਸਨ ਸਜਿਆ ਹੋਇਆ ਹੈ। ਹਜ਼ੂਰ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ, ਅਣਗਿਣਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਤਾਰਾਂ ਬੰਨ ਕੇ ਲਾਈਨਾਂ ਵਿੱਚ ਲੱਗ ਕੇ ਭਾਵਨਾ ਭੈ ਸ਼ਰਧਾ ਦੇ ਸਹਿਤ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਹਨ। ਕੀਰਤਨ ਹੋ ਰਿਹਾ ਹੈ ਔਰ ਸਭ ਗੁਰੂ ਮਹਾਰਾਜ ਦੀ ਸੰਗਤਾਂ ਨੂੰ ਦੀਦਾਰ ਦੇ ਰਹੇ। ਕੀਰਤਨ ਦੀ ਸੰਪੂਰਨਤਾ ਹੋਈ ਤਾਂ ਸਤਿਗੁਰੂ ਜੀ ਨੇ ਆਗਿਆ ਕੀਤੀ ਕਿ ਭਾਈ ਅੱਜ ਤੋਂ ਵੈਸਾਖੀ ਦਾ ਪੁਰਬ, ਵਿਸਾਖੀ ਦਾ ਜੋੜ ਮੇਲਾ ਸਿੱਖ ਸੰਗਤਾਂ ਗੁਰੂ ਘਰ ਦੇ ਵਿਚਾਰ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਕਰ। ਸੋ ਸਾਧ ਸੰਗਤ ਜੀ ਪਾਰੋ ਪਾਰ ਭਾਈ ਪਾਰੋ ਜੀ ਦੁਆਰਾ ਹੋਇਆ ਔਰ ਵਿਸਾਖੀ ਦਾ ਜੋੜ ਮੇਲਾ ਧੰਨ ਗੁਰੂ ਅਮਰਦਾਸ ਜੀ ਨੇ ਆਪ ਆਗਿਆ ਦੇ ਕੇ ਪ੍ਰਾਰੰਭ ਕਰਵਾਇਆ ਸੀ ਔਰ ਅੱਜ ਦੇ ਦਿਨ ਵਿਸਾਖੀ ਦੇ ਦਿਨ ਹੀ ਜਦੋਂ ਬੀਬੀ ਰਾਜ ਕੌਰ ਦਾ ਪਤੀ ਪਿੰਗਲਾ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਵਾਲੀ ਥਾਂ ਤੇ ਜਿੱਥੇ ਦੁੱਖ ਭੰਜਨੀ ਮੇਲ ਸਾਹਿਬ ਹੈ ਕਾਲੇ ਕਾਮਾਂ ਨੂੰ ਇਸ਼ਨਾਨ ਕਰਦੇ ਹੰਸ ਬਣਦੇ ਉਸਨੇ ਡਿੱਠਾ ਤੱਕਿਆ ਵੇਖਿਆ ਕਿ ਜੇ ਇੱਥੇ ਕਾਲੇ ਕਾਂ ਇਸ਼ਨਾਨ ਕਰਕੇ ਹੰਸ ਬਣ ਸਕਦੇ ਹੈ ਤਾਂ ਮੇਰਾ ਕਿਉਂ ਰੋਗ ਨਹੀਂ ਦੂਰ ਹੋ ਸਕਦਾ। ਵਾਹਿਗੁਰੂ ਨੇ ਅੰਦਰੋਂ ਪ੍ਰੇਰਨਾ ਦਿੱਤੀ, ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਪ੍ਰਗਟ ਕਰਨੀ ਸੀ ਇਸ ਮਾਤ ਲੋਕ ਦੀ ਧਰਤੀ ਤੇ। ਇਹ ਵਿਧ ਬਣਾਈ, ਇਹ ਤਰੀਕਾ, ਇਹ ਯੁਕਤੀ, ਇਹ ਸਬੱਬ ਬਣਾਇਆ ਬੀਬੀ ਦੇ ਪਤੀ ਨੇ ਦੁੱਖ ਭੰਜਨੀ ਵੇਦ ਸਾਹਿਬ ਜੀ ਦੇ ਥੱਲੇ ਇਸ਼ਨਾਨ ਕੀਤਾ ਸਾਧ ਸੰਗਤ ਜੀ। ਤਾਂ ਇਸ਼ਨਾਨ ਕਰਦਿਆਂ ਸਾਰਾ ਕੋਹੜ ਦਾ ਰੋਗ ਚੱਲਿਆ ਗਿਆ, ਨਿਰੋਗਤਾ ਪ੍ਰਾਪਤ ਹੋਈ, ਤੰਦਰੁਸਤੀ ਮਿਲੀ ਔਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਗਿਆ। ਲੰਬਾ ਇਤਿਹਾਸ ਹੈ, ਪ੍ਰਸੰਗ ਸੁਣਾਉਣ ਦਾ ਸਮਾਂ ਨਹੀਂ ਹੈ। ਸਾਧ ਸੰਗਤ ਜੀ ਗੁਰਬਾਣੀ ਵਿੱਚ ਆਇਆ ਹੈ, ਤੀਸਰੇ ਗੁਰਾਂ ਦਾ ਵਚਨ ਹੈ, ਅੰਮ੍ਰਿਤ ਸਰ ਸਤਿਗੁਰ ਸਤਿਵਾਦੀ ਨਿਤ ਨਹਾਤੈ ਗੋਆ ਹੰਸ ਹੋਵੈ। ਤੇ ਜਿਸ ਅੰਮ੍ਰਿਤ ਸਰੋਵਰ ਦੇ ਵਿੱਚ ਕਾਂ ਇਸ਼ਨਾਨ ਕਰਕੇ ਹੰਸ ਬਣ ਰਹੇ ਹੈ, ਜਿੱਥੇ ਅੱਠੇ ਪਹਿਰ ਨਾਮ ਦੀ ਵਾਹਿਗੁਰੂ ਦੇ ਸਰੂਪ ਦੀ ਨਾਮ ਬਾਣੀ ਦਾ ਅਖੰਡ ਪ੍ਰਵਾਹ ਵਾਹਿਗੁਰੂ ਦੇ ਮਿਲਾਪ ਦੀ ਉਚਾਰ ਅੱਠੇ ਪਹਿਰ ਵਾਹਿਗੁਰੂ ਦੇ ਮਿਲਾਪ ਦੀ ਧਾਰਾ ਚੱਲਦੀ ਰਹਿੰਦੀ ਹੈ, ਐਸੇ ਅੰਮ੍ਰਿਤ ਸਰੋਵਰ ਦੇ ਵਿੱਚ ਦੇ ਕਾਂ ਇਸ਼ਨਾਨ ਕਰਕੇ ਹੰਸ ਬਣ ਸਕਦੇ ਹੈ। ਇਹ ਮਨੁੱਖ ਤੂੰ ਉਸ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਤੂੰ ਪਾਪੀ ਤੋਂ ਪੁੰਨੀ ਨਹੀਂ ਬਣ ਸਕਦਾ, ਤੇਰੇ ਵੀ ਪਾਪ ਧੋਤੇ ਜਾ ਸਕਦੇ ਹੈ, ਤੇਰੇ ਵੀ ਕਸ਼ਟ ਕੱਟੇ ਜਾ ਸਕਦੇ ਹੈ, ਤੇਰੇ ਵੀ ਦੁੱਖ ਦੂਰ ਹੋ ਸਕਦੇ ਹਨ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਮਾਤੇ। ਧੰਨ ਗੁਰੂ ਰਾਮਦਾਸ, ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਸਾਧ ਸੰਬੰਧੀ ਅੱਜ ਦੇ ਦਿਨ ਇਸ ਅੰਮ੍ਰਿਤ ਸਰੋਵਰ ਦੀ ਮਹਿਮਾ ਪ੍ਰਗਟ ਕੀਤੀ ਔਰ ਬੀਬੀ ਰਾਜ ਕੌਰ ਜੀ ਨਾਲ ਬੀਬੀ ਰਜਨੀ ਕਿਹਾ ਜਾਂਦਾ, ਉਹਨਾਂ ਦਾ ਪਤੀ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਕੋਹੜ ਦੇ ਰੋਗ ਤੋਂ ਮੁਕਤ ਹੋਇਆ, ਤੰਦਰੁਸਤ ਜੀਵਨ ਮਿਲਿਆ, ਉਹ ਵੀ ਅੱਜ ਵਿਸਾਖੀ ਦਾ ਹੀ ਸ਼ੁਭ ਦਿਹਾੜਾ ਸੀ, ਪਵਿੱਤਰ ਦਿਨ ਸੀ। ਔਰ ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਸਰੋਵਰ ਦੀ ਚੌਥੇ ਪਾਤਸ਼ਾਹ ਜੀ ਦੀ ਆਗਿਆ ਨੂੰ ਪਾ ਕੇ ਦੁਬਾਰਾ ਸਰੋਵਰ ਨੂੰ ਪੜੀਆਂ ਕਰਨ ਦੀ ਸੇਵਾ ਆਰੰਭ ਕੀਤੀ,
ਫਿਰ ਅੱਜ ਦੇ ਦਿਨ ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਖ ਆਪਣੀ ਸੀਸ 'ਤੇ ਲੈ ਕੇ ਜਿੱਥੇ ਦੋ ਭੰਡੀ ਦੀ ਵੇਰ ਸਾਹਿਬ ਹੈ ਇੱਥੇ ਆਪ ਆਏ, ਅਰਦਾਸ ਕਰਕੇ ਅੰਮ੍ਰਿਤ ਸਰੋਵਰ ਦੀ ਸੇਵਾ ਦਾ ਕੱਖ ਲਾ ਕੇ ਸਰੋਵਰ ਨੂੰ ਪੱਕਿਆਂ ਕਰਨ ਦੀ ਸੇਵਾ ਆਰੰਭ ਕਰਵਾਈ। ਉਸ ਦਿਨ ਵੀ ਵਿਸਾਖੀ ਦਾ ਹੀ ਗੁਰਪੁਰਬ ਸੀ। ਸੋ ਸਾਧ ਸੰਗਤ ਜੀ, ਇਹ ਸਤਿਗੁਰੂ ਮਹਾਰਾਜ ਜੀ ਦੇ ਸਮੇਂ ਤੋਂ ਕਹਿਣ ਤੋਂ ਭਾਵ ਇਹ ਵਿਸਾਖੀ ਦਾ ਗੁਰਪੁਰਬ ਸਿੱਖ ਸੰਗਤਾਂ ਦੇ ਅੰਦਰ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਹੋਰ ਵੀ ਬੜਾ ਸੁੰਦਰ ਜ਼ਿਕਰ ਆਉਂਦਾ ਹੈ ਕਿ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉੱਤਰ ਦੱਖਣ ਪੂਰਬ ਪੱਛਮ ਦੇ ਲੋਕਾਂ ਨੂੰ ਤਾਰਨ ਵਾਸਤੇ, ਇਸ ਲੋਕ ਦੇ ਲੋਕਾਈ ਦੇ ਪਾਰ ਕੱਢਣ ਵਾਸਤੇ, ਪਾਪੀਆਂ ਨੂੰ ਮੁਕਤ ਕਰਨ ਵਾਸਤੇ, ਪਾਪੀ ਲੋਕਾਈ ਦਾ ਉਧਾਰ ਕਰਨ ਵਾਸਤੇ ਚਾਰ ਉਦਾਸੀਆਂ ਗੁਰਮਤ ਦੇ ਪ੍ਰਚਾਰ ਦੇ ਦੌਰੇ ਉਹਦੀਆਂ ਸਤਿਗੁਰੂ ਜੀ ਨੇ ਆਰੰਭ ਕੀਤੀਆਂ ਸਨ। ਉਦੋਂ ਵੀ ਸਾਧ ਸੰਗਤ ਦੀ ਵਿਸਾਖੀ ਦਾ ਦਿਹਾੜਾ ਹੀ ਸੀ। ਸੋ ਇਸ ਲਈ ਇਸ ਗੁਰਪੁਰਬ ਦੇ ਨਾਲ ਬਹੁਤ ਵੱਡਾ ਸਾਡਾ ਇਤਿਹਾਸ ਜੁੜਿਆ ਹੋਇਆ ਹੈ। ਹੁਣ ਆ ਜਾਓ ਕਰਮੀ ਧੰਨ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ 1756 ਵਿਕਰਮੀ ਸੰਮਤ 1699 ਈਸਵੀ ਸੰਨ ਨੂੰ ਸਤਿਗੁਰੂ ਮਹਾਰਾਜ ਦੀ ਵੈਸਾਖ ਦੀ ਸੰਗਰਾਂਦ ਤੁਰਪੇ ਨਾਲ ਸਤਿਗੁਰੂ ਜੀ ਨੇ ਵਿਸਾਖੀ ਦੇ ਦਿਹਾੜੇ 'ਤੇ ਸਤਿਗੁਰੂ ਜੀ ਨੇ ਸੰਗਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਇਕੱਤਰ ਹੋਣ ਵਾਸਤੇ ਥਾਂ ਥਾਂ ਹੁਕਮਨਾਮੇ ਭੇਜੇ ਗਏ ਔਰ ਅੱਜ ਦੇ ਦਿਨ ਹੋਰ ਇਤਿਹਾਸ ਵਿੱਚ ਜ਼ਿਕਰ ਆਇਆ ਕਿ 10 ਲੱਖ ਤੋਂ ਉੱਤੇ, ਕਈ ਇਤਿਹਾਸਕਾਰਾਂ ਨੇ 80,000 ਦਾ ਘੱਟ ਲਿਖਿਆ। ਉਹਨਾਂ ਦੀ ਆਪਣੀ ਸੋਚ ਹੋ ਸਕਦੀ ਹੈ ਕਿ ਸਾਧ ਸੰਗਤ ਜੀ 10 ਲੱਖ ਸਿੱਖਾਂ ਦਾ ਦਸਮ ਪਿਤਾ ਜੀ ਦੇ ਸਮੇਂ ਅਨੰਦਪੁਰ ਸਾਹਿਬ ਘੱਟ ਹੋਣਾ ਕੋਈ ਇਸ ਚੰਗ ਗੱਲ ਥੋੜ੍ਹੋ ਹੈ। ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਜੀ ਤੱਕ ਲੱਖਾਂ ਹੀ ਸੰਗਤਾਂ ਗੁਰੂ ਘਰ ਦੀਆਂ ਸੇਵਕ ਬਣ ਚੁੱਕੀਆਂ ਸਨ। ਇਸ ਲਈ 10 ਲੱਖ ਦਾ ਕੱਟ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਹੋਇਆ, ਜਿੱਥੇ ਕੇਸਗੜ੍ਹ ਸਾਹਿਬ ਅੱਜ ਤਖ਼ਤ ਸੁਭਾਈਮਾਨ ਹੈ। ਇਸ ਉੱਚੀ ਪਹਾੜੀ ਦੇ ਉੱਤੇ ਸਤਿਗੁਰੂ ਜੀ ਨੇ ਆਪ ਆਗਿਆ ਦੇ ਕਰਕੇ ਸਾਧ ਸੰਗਤ ਜੀ ਦੀ ਵਾਂਗ ਸਜਾਇਆ। ਬੜਾ ਸੁੰਦਰ ਪਸ਼ਮੀਨੇ ਦਾ ਰੇਸ਼ਮ ਦਾ ਤੰਬੂ ਤਿਆਰ ਕੀਤਾ ਗਿਆ ਔਰ ਬੜਾ ਸੁੰਦਰ ਸਿੰਘਾਸਨ ਸਤਿਗੁਰੂ ਜੀ ਵੀ ਤਿਆਰ ਕੀਤਾ ਗਿਆ। ਦੀਵਾਨ ਲੱਗਾ ਹੈ, ਆਸਾ ਜੀ ਦੀ ਵਾਰ ਦਾ ਕੀਰਤਨ ਸਮਾਪਤ ਹੋਇਆ। ਹਜ਼ੂਰ ਕਲਗੀਧਰ ਪਾਤਸ਼ਾਹ ਜੀ ਦੀ ਵਾਰ ਵਿੱਚ ਆਏ ਸੰਗਤਾਂ ਦੀਦਾਰ ਕਰ ਰਹੀਆਂ ਹਨ ਔਰ ਸਤਿਗੁਰੂ ਜੀ ਨੇ ਬਿਆਨ ਵਿੱਚੋਂ ਬਿਜਲੀ ਨਾਲ ਲਿਸ਼ਕ ਦੀ, ਕਰੋੜਾਂ ਸੂਰਜਾਂ ਨਾਲੋਂ ਜਿਸ ਦਾ ਤੇਜ ਪ੍ਰਕਾਸ਼ ਬਹੁਤ ਹੈ, ਝੱਲ ਹੈ, ਝੱਲਿਆ ਨਹੀਂ ਜਾਂਦਾ ਹੈ, ਐਸੀ ਸ੍ਰੀ ਸਾਹਿਬ ਮਿਆਨ ਦੇ ਵਿੱਚੋਂ ਕੱਢ ਕੇ ਹੁਕਮ ਕੀਤਾ ਕਿ ਕੋਈ ਸਿੱਖ ਉੱਠੋ ਭਾਈ, ਧਰਮ ਦੀ ਖਾਤਰ ਇੱਕ ਸੀਸ ਦੀ ਲੋੜ ਹੈ, ਇੱਕ ਸਿੰਘ ਦੀ ਲੋੜ ਹੈ। ਪਹਿਲੀ ਵਾਰ ਆਵਾਜ਼ ਦਿੱਤੀ, ਦੂਸਰੀ ਮੇਰੀ, ਜਦੋਂ ਤੀਸਰੀ ਮੇਰੀ ਆਵਾਜ਼ ਦਿੱਤੀ, ਲਾਹੌਰ ਨਿਵਾਸੀ ਭਾਈ ਦਇਆ ਰਾਮ ਜੀ ਸਤਿਗੁਰਾਂ ਦੇ ਪਾਸ ਹਾਜ਼ਰ ਹੋਏ। ਗਲ ਵਿੱਚ ਬੰਦਾ ਪਾ ਕੇ ਬੇਨਤੀ ਕੀਤੀ, ਮਹਾਰਾਜ ਮੇਰਾ ਸੀਸ ਹਾਜ਼ਰ ਹੈ, ਜਿੱਥੇ ਮਰਜ਼ੀ ਸੇਵਾ ਵਿੱਚ ਲਾ ਲਓ। ਸਤਿਗੁਰੂ ਜੀ ਨੇ ਵਚਨ ਕੀਤਾ ਕਿ ਭਾਈ, ਘਰੋਂ ਕਿਸੇ ਕਰਕੇ ਕੋਈ ਘਰ ਦੇ ਵਿੱਚ ਕਲ ਕਲੇਸ਼ ਹੋਵੇ, ਕੋਈ ਸੰਕਟ ਹੋਵੇ, ਕੋਈ ਦੁੱਖ ਤਕਲੀਫ ਹੋਵੇ, ਕੋਈ ਇਸ ਤਰ੍ਹਾਂ ਦਾ ਮਨ ਦੇ ਵਿੱਚ ਕੋਈ ਭੈ ਭਾਵਨਾ ਵਾਲਾ ਖਿਆਲ ਆਇਆ ਹੋਵੇ, ਜਾਂ ਕੋਈ ਲੱਭ ਲੋਭ ਲਾਲਚ ਹੋਵੇ, ਜਾਂ ਕੋਈ ਤੇਰੇ ਮਨ ਵਿੱਚ ਹੋਰ ਇੱਛਾ ਹੋਵੇ ਸਿਰ ਦੇਣ ਦੀ, ਤਾਂ ਇਹੋ ਜਿਹੇ ਸਿੱਖ ਦਾ ਅਸੀਂ ਸੀਸ ਨਹੀਂ ਲੈਣਾ ਚਾਹੁੰਦੇ। ਅਸੀਂ ਨਿਸ਼ਕਾਮ ਗੁਰਸਿੱਖ ਜਿਹੜਾ ਧਰਮ ਦੀ ਖਾਤਰ ਆਪਣਾ ਸਭ ਕੁਝ ਗੁਰੂ ਨੂੰ ਅਰਪਣ ਕਰਨਾ ਚਾਹੁੰਦਾ ਹੈ, ਸਤਿਗੁਰ ਆ ਕੇ ਸੀਸ ਭੇਟ ਦਿਓ, ਜੇ ਪੂਰੇ ਸਤਿਗੁਰ ਭਾਵੈ ਤਾਂ ਐਸੇ ਸਿੱਖ ਦਾ ਹੀ ਸਿੱਖ ਲੈਣਾ ਚਾਹੁੰਦੇ ਹਾਂ। ਭਾਈ ਦਇਆ ਰਾਮ ਜੀ ਨੇ ਬੇਨਤੀ ਕੀਤੀ, ਮਹਾਰਾਜ ਨਹੀਂ, ਮੈਂ ਸ਼ਰਧਾ ਭਾਵਨਾ ਨਾਲ ਹਾਜ਼ਰ ਹੋਇਆ, ਤੁਸੀਂ ਘਰ ਵਿੱਚ ਰਹਿਣ ਵਾਸਤੇ ਸਾਰੇ ਸੁੱਖ ਦਿੱਤੇ ਹੈ, ਨਿਰੋਗ ਜੀਵਨ ਦਿੱਤਾ ਹੈ, ਹਰ ਤਰ੍ਹਾਂ ਦੀਆਂ ਆਪ ਜੀ ਦੀਆਂ ਬਖਸ਼ਿਸ਼ਾਂ ਹਨ, ਕੇਵਲ ਮਹਾਰਾਜ ਆਪ ਜੀ ਦੀ ਖੁਸ਼ੀ ਲੈਣ ਵਾਸਤੇ ਹੀ ਹਾਜ਼ਰ ਹੋਇਆ। ਸਤਿਗੁਰੂ ਜੀ ਨੇ ਭਾਈ ਦਇਆ ਰਾਮ ਜੀ ਨੂੰ ਕੰਬੂ ਵਿੱਚ ਲੈ ਕੇ ਗਏ, ਸ੍ਰੀ ਸਾਹਿਬ ਦਾ ਵਾਰ ਕਰਕੇ ਧੰਨ ਨਾਲ ਸੀਸ ਰੱਦ ਕਰ ਦਿੱਤਾ।
ਫਿਰ ਦੀਵਾਨ ਵਿੱਚ ਆਏ ਪਵਿੱਤਰ ਲੋਹ ਨਾਲ ਭਿੱਜੀ ਹੋਈ ਸਿੱਧੀ ਸਾਹਿਬ ਲੈ ਕੇ ਫਿਰ ਬਚਨ ਕੀਤਾ। ਜਦੋਂ ਤੀਸਰੀ ਵਾਰੀ ਬਚਨ ਕੀਤਾ ਤਾਂ ਭਾਈ ਧਰਮਦਾਸ ਜੀ ਹਸਤਨਾਪੁਰ ਦੇ ਨੇੜੇ ਸਾਧ ਸੰਗਤ ਦੀ ਨਗਰੀ ਹੈ ਕਰਮਚੰਦ ਜੋ ਪਿਆਰੇ ਧਰਮ ਸਿੰਘ ਜੀ ਦੇ ਭਰਾ ਸਨ। ਕਰਮਚੰਦ ਪੁਰੀ ਵੀ ਇਸ ਚੱਕਰ ਨੂੰ ਕਿਹਾ ਜਾਂਦਾ ਹੈ ਔਰ ਸਾਧ ਸੰਗਤ ਜੀ ਇਹ ਹਸਤਨਾਪੁਰ ਦਿੱਲੀ ਤੋਂ ਕਾਫ਼ੀ ਅੱਗੇ ਜਾ ਕੇ ਮੇਰਠ ਤੋਂ 35-40 ਕਿਲੋਮੀਟਰ ਯੂਪੀ ਵਿੱਚ ਹੈ। ਪੁਰਾਣੀ ਪਾਨਪਾ ਦੀ ਨਗਰੀ ਹੈ ਔਰ ਇਸ ਨਗਰੀ ਦੇ ਵਿੱਚ ਰਹਿਣ ਵਾਲੇ ਪਿਆਰੇ ਧਰਮ ਸਿੰਘ ਜੀ ਜਿਨ੍ਹਾਂ ਦਾ ਜਨਮ ਸਥਾਨ ਜਿਉਂ ਦਾ ਤਿਉਂ ਅਸਲੀ ਜਗ੍ਹਾ ਅੱਜ ਤੱਕ ਉਹ ਘਰ ਉਹ ਕਮਰਾ ਇਹਦੀਆਂ 5-5 ਫੁੱਟ ਤੋਂ ਚੌੜੀਆਂ ਬੱਚੀਆਂ ਕੰਧਾਂ ਹਨ ਉਹ ਦਰਬਾਰ ਸਾਹਿਬ ਜੋ ਸਤਿਗੁਰੂ ਜੀ ਦੇ ਪਿਆਰੇ ਪਿਆਰੇ ਧਰਮ ਸਿੰਘ ਜੀ ਦੀ ਯਾਦ ਵਿੱਚ ਬੜਾ ਹੀ ਸੁਖਾਲੀ ਸ਼ਾਨ ਗੁਰਦੁਆਰਾ ਨੇਕੀ ਸੇਵਾ ਮਹਾਂਪੁਰਖ ਬਾਬਾ ਹਰਬੰਸ ਸਿੰਘ ਦੀ ਖਾਸ ਸੇਵਾ ਦਿੱਲੀ ਵਾਲੇ ਨੇ ਕਰਵਾਈ। ਦਰਬਾਰ ਬਹੁਤ ਸੁੰਦਰ ਬਣਿਆ ਹੋਇਆ ਹੈ। ਆਲੇ ਦੁਆਲੇ ਤੋਂ ਘਰ ਖਰੀਦ ਕੇ ਬਹੁਤ ਖੁੱਲ੍ਹੀ ਜਗ੍ਹਾ ਵਿੱਚ ਗੁਰੂ ਘਰ ਬਣਾਇਆ ਹੋਇਆ ਹੈ ਪਰ ਮਹਾਂਪੁਰਖਾਂ ਨੇ ਪਿਆਰੇ ਧਰਮ ਸਿੰਘ ਜੀ ਦਾ ਅਸਲੀ ਜਨਮ ਸਥਾਨ ਸੀ ਉਹ ਸਾਂਭ ਕੇ ਰੱਖਿਆ। ਜਦੋਂ ਵੀ ਸੰਗਤਾਂ ਜਾਓ ਤਾਂ ਸਾਧ ਸੰਗਤ ਜੀ ਉਸ ਸਥਾਨ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ। ਇਸ ਲਈ ਉਸ ਨਗਰੀ ਦੇ ਰਹਿਣ ਵਾਲੇ ਭਾਈ ਧਰਮਦਾਸ ਜੀ ਉੱਠੇ ਔਰ ਉਹਨਾਂ ਨੇ ਆਪਣਾ ਸੀਸ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਹਾਜ਼ਰ ਕੀਤਾ। ਵਾਜਾ ਵਾਲੇ ਸਤਿਗੁਰੂ ਨਾਲ ਲੈ ਕੇ ਗਏ ਧਨ ਨਾਲ ਉਹ ਸੀਸ ਅਗਤ ਕਰ ਦਿੱਤਾ। ਫਿਰ ਆਵਾਜ਼ ਦਿੱਤੀ ਪ੍ਰਸਾਦ ਸੰਗਤ ਜੀ ਭਾਈ ਹਿੰਮਤ ਸਿੰਘ ਜੀ ਜਿਹਨਾਂ ਦਾ ਨਾਮ ਹੁਣ ਹਿੰਮਤ ਦਾਸ ਸੀ ਇਹ ਉੱਠੇ ਇਹਨਾਂ ਦਾ ਸੀਸ ਵੀ ਧਨ ਨਾਲ ਅਗਤ ਕੀਤਾ। ਫਿਰ ਭਾਈ ਮੋਹਨ ਦਾਸ ਜੀ ਆਏ ਉਹਨਾਂ ਦਾ ਵੀ ਧਨ ਨਾਲ ਸੀਸ ਅਗਤ ਕੀਤਾ। ਫਿਰ ਭਾਈ ਸਾਹਿਬ ਦਾਸ ਜੀ ਆਏ ਉਹਨਾਂ ਦਾ ਵੀ ਧਨ ਨਾਲ ਅਲੱਗ ਸੀਸ ਕਰਕੇ ਫਿਰ ਹਜ਼ੂਰ ਨੇ ਉਦੋਂ ਸਤਲੁਜ ਦਰਿਆ ਤਖ਼ਤ ਕੇਸਗੜ੍ਹ ਸਾਹਿਬ ਜੀ ਦੀ ਪਹਾੜੀ ਦੇ ਮੁੱਢ ਵਿੱਚ ਵਗਿਆ ਕਰਦਾ ਸੀ। ਸਤਲੁਜ ਦਾ ਜਲ ਲੈ ਕੇ ਸਤਗੁਰੂ ਮਹਾਰਾਜ ਜੀ ਨੇ ਬਾਟਿਆਂ ਦੀ ਸਤਲੁਜ ਦੇ ਬਾਟਿਆਂ ਦੇ ਖੰਡੇ ਦੀ ਸੁਧਾਈ ਕਰਾ ਕੇ ਸਤਗੁਰੂ ਮਹਾਰਾਜ ਕਰਨੀਧਰ ਪਾਤਸ਼ਾਹ ਜੀ ਨੇ ਆਪ ਸਤਲੁਜ ਦਰਿਆ ਦਾ ਜਲ ਬਾਟੇ ਦੇ ਬਾਟੇ ਵਿੱਚ ਪਾ ਕੇ ਵਿੱਚ ਖੰਡਾ ਰੱਖ ਕੇ ਔਰ ਧੰਨ ਮਾਤਾ ਅਜੀਤ ਕੌਰ ਜੀ ਨੇ ਅੱਜ ਦੇ ਦਿਨ ਉਸ ਅੰਮ੍ਰਿਤ ਦੀ ਤਿਆਰੀ ਦੇ ਸਮੇਂ ਪਤਾਸੇ ਪਾਉਣ ਦੀ ਸੇਵਾ ਕੀਤੀ। ਕਈ ਇਤਿਹਾਸਕਾਰ ਇਹ ਗੱਲ ਲਿਖ ਦਿੰਦੇ ਆ ਕਿ ਮਾਤਾ ਸਾਹਿਬ ਦੇਵ ਕੌਰ ਜੀ ਨੇ ਪਤਾਸੇ ਪਾਏ ਨਹੀਂ ਸਨ ਜੀ। ਮਾਤਾ ਸਾਹਿਬ ਦੇਵ ਕੌਰ ਜੀ ਦਾ ਟੋੜਾ ਅੰਮ੍ਰਿਤ ਸੰਚਾਰ ਤੋਂ 1 ਸਾਲ ਬਾਅਦ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ। ਇਸ ਲਈ ਅੰਮ੍ਰਿਤ ਸੰਚਾਰ ਸਮੇਂ ਧੰਨ ਬਾਬਾ ਗੁਰਧਾਰ ਸਿੰਘ ਜੀ, ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ ਤਿੰਨ ਸਾਹਿਬਜ਼ਾਦਿਆਂ ਦੇ ਮਾਤਾ ਸਤਿਗੁਰਾਂ ਦੇ ਮਹਿਲ ਸਾਡੇ ਪੂਜਨੀਕ ਬ੍ਰਹਮ ਗਿਆਨ ਅਵਸਥਾ ਨੂੰ ਪ੍ਰਾਪਤ ਧੰਨ ਮਾਤਾ ਅਜੀਤ ਕੌਰ ਜੀ ਨੇ ਪਤਾਸਿਆਂ ਦੀ ਸੇਵਾ ਕੀਤੀ, ਪਤਾਸੇ ਲਿਆ ਕੇ ਹਾਜ਼ਰ ਕੀਤੇ। ਸਤਿਗੁਰੂ ਜੀ ਨੇ ਵੀਰ ਆਸਣ ਬੈਠ ਕੇ ਖੰਡੇ ਦੇ ਨਾਲ ਪੰਜ ਬਾਣੀਆਂ ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਕੀ ਸਾਹਿਬ, ਸੰਪੂਰਨ ਅਨੰਦ ਸਾਹਿਬ ਪੜ੍ਹ ਕੇ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਗ ਕੀਤਾ, ਅਰਦਾਸ ਕੀਤੀ। ਉਸ ਅੰਮ੍ਰਿਤ ਦੇ ਛੱਟੇ ਉਹਨਾਂ ਪੰਜਾਂ ਪਿਆਰਿਆਂ ਦੇ ਸਰੀਰ ਉੱਤੇ ਪਾਏ ਅਤੇ ਉਸੇ ਵਕਤ ਪਿਆਰੇ ਦਇਆ ਰਾਮ ਜੀ, ਭਾਈ ਧਰਮਦਾਸ ਜੀ, ਭਾਈ ਹਿੰਮਤਦਾਸ ਜੀ, ਭਾਈ ਮੋਹਨਦਾਸ ਜੀ, ਭਾਈ ਸਾਹਿਬ ਦਾਸ ਜੀ ਉੱਠ ਕੇ ਬੈਠ ਗਏ। ਸਤਿਗੁਰੂ ਜੀ ਨੇ ਇਸ਼ਨਾਨ ਕਰਵਾਇਆ, ਵਿਕਾਰ ਧਾਰਨ ਕਰਾਏ, ਖੰਡੇ ਬਾਟੇ ਦਾ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਇਹਨਾਂ ਪੰਜਾਂ ਸਿੰਘਾਂ ਨੂੰ ਔਰ ਨਾਮ ਭਾਈ ਦਇਆ ਰਾਮ ਤੋਂ ਭਾਈ ਦਇਆ ਸਿੰਘ ਰੱਖਿਆ, ਧਰਮਦਾਸ ਤੋਂ ਭਾਈ ਧਰਮ ਸਿੰਘ ਰੱਖਿਆ, ਹਿੰਮਤਦਾਸ ਤੋਂ ਭਾਈ ਹਿੰਮਤ ਸਿੰਘ ਰੱਖਿਆ, ਮੋਹਨਦਾਸ ਤੋਂ ਭਾਈ ਮੋਹਨ ਸਿੰਘ ਨਾਮ ਰੱਖਿਆ, ਭਾਈ ਸਾਹਿਬ ਦਾਸ ਤੋਂ ਨਾਮ ਭਾਈ ਸਾਹਿਬ ਸਿੰਘ ਰੱਖਿਆ। ਔਰ ਸਤਿਗੁਰੂ ਜੀ ਨੇ ਉਹ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਅੱਜ ਦੇ ਦਿਨ ਆਪਣੇ ਹਸਤ ਕਮਲਾਂ ਦੁਆਰਾ ਬਖਸ਼ਿਸ਼ ਕੀਤੀ। ਫਿਰ ਪੰਜਾਂ ਪਿਆਰਿਆਂ ਤੋਂ ਸਮੇਤ ਪਰਿਵਾਰ ਦੇ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਸਾਧ ਸੰਗਤ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਸੇਵਾ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਹਰਪੁਰ ਵਾਲੇ, ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲਿਆਂ ਨੇ ਤਖ਼ਤ ਕੇਸਗੜ੍ਹ ਸਾਹਿਬ ਜੀ ਦੀ ਨਵੀਂ ਇਮਾਰਤ ਦੀ ਸੇਵਾ ਕਰਵਾਈ ਸੀ। ਲਗਭਗ ਅੱਜ ਤੋਂ
80 90 ਸਾਲ ਪਹਿਲਾਂ ਲਗਭਗ 100 ਵਰਸੀ ਹੋ ਚੁੱਕਾ ਹੋਵੇਗਾ, ਨਹੀਂ ਤਾਂ 70 80 ਸਾਲ ਦਾ ਹੋ ਹੀ ਚੁੱਕੇ ਹੈ ਜਿਹੜਾ ਹੁਣ ਮਜੂਦ ਤਖਤ ਸ੍ਰੀ ਕੇਸਗੜ ਸਾਹਿਬ ਦੇ ਤੁਸੀਂ ਦਰਸ਼ਨ ਕਰਦੇ ਹੋ। ਇਹਦੀ ਸੇਵਾ ਇਹਨਾਂ ਮਹਾਂਪੁਰਖਾਂ ਨੇ ਜਦੋਂ ਕਰਾਉਣ ਲਈ ਨੀਹਾਂ ਪੁੱਟੀਆਂ ਤਾਂ ਤਾਂਬੇ ਦੇ ਪੱਤਰਿਆਂ ਦੇ ਉੱਤੇ 1699 ਦੇ ਅੰਮ੍ਰਿਤ ਸੰਚਾਰ ਦੀ ਵਿਥਿਆ ਲਿਖ ਕੇ ਇਹ ਅੰਕਿਤ ਕੀਤਾ ਹੋਇਆ ਸੀ ਕਿ ਉਸ ਦਿਨ 1699 ਦੀ ਵਿਸਾਖੀ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ ਔਰ ਸਤਿਗੁਰਾਂ ਦੇ ਮਹਿਲ ਮਾਤਾ ਅਜੀਤ ਕੌਰ ਜੀ, ਧੰਨ ਬਾਬਾ ਅਜੀਤ ਸਿੰਘ ਜੀ ਦੇ ਮਾਤਾ ਮਾਤਾ ਸੁੰਦਰ ਕੌਰ ਜੀ ਨੇ ਦੋਨੋਂ ਮਹਿਲਾਂ ਨੇ ਖੰਡੇ ਪਾਟੀ ਦਾ ਅੰਮ੍ਰਿਤ ਛਕਿਆ, ਚਾਰੇ ਸਾਹਿਬਜ਼ਾਦਿਆਂ ਨੇ ਅੰਮ੍ਰਿਤ ਦੀ ਦਾਤ ਲਈ ਔਰ ਧੰਨ ਮਾਤਾ ਗੁਜਰ ਕੌਰ ਜੀ ਨੂੰ ਵੀ ਜੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮਾਤਾ ਜੀ ਸਨ, ਮਾਤਾ ਗੁਜਰ ਕੌਰ ਜੀ ਨੂੰ ਵੀ ਅੰਮ੍ਰਿਤ ਛਕਾਇਆ ਗਿਆ। ਅੱਜ ਕਈ ਲੋਕ ਮਾਤਾ ਗੁਜਰੀ ਗੁਜਰੀ ਕਰਕੇ ਕਹੀ ਜਾਂਦੇ ਆ, ਸਾਧ ਸੰਗਤ ਜੀ ਸਤਿਗੁਰਾਂ ਦੇ ਹਸਤ ਕਮਲਾਂ ਤੋਂ ਸਤਿਗੁਰਾਂ ਦੇ ਮਾਤਾ ਧੰਨ ਮਾਤਾ ਗੁਜਰ ਕੌਰ ਜੀ ਨੇ ਵੀ ਅੰਮ੍ਰਿਤ ਛਕਿਆ, ਮਾਤਾ ਅਜੀਤ ਕੌਰ ਜੀ ਨੇ, ਮਾਤਾ ਸੁੰਦਰ ਕੌਰ ਜੀ ਨੇ ਵੀ, ਸਾਹਿਬਜ਼ਾਦਿਆਂ ਨੇ ਵੀ ਅੰਮ੍ਰਿਤ ਛਕਿਆ, ਸਵੇਤ ਪਰਿਵਾਰ ਦੇ ਸਾਰਿਆਂ ਨੇ ਅੰਮ੍ਰਿਤ ਛਕਿਆ ਔਰ ਉਸ ਦਿਨ 20,000 ਭਗਤ ਸਤਿਗੁਰਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਘਰ ਖਾਲਸਾ ਸਜੇ ਔਰ ਸਾਰਿਆਂ ਨੂੰ ਸਿੰਘ ਨਾਮ ਦੀ ਦਾਤ, ਮਾਤਾ ਨੂੰ ਔਰ ਬੀਬੀਆਂ ਨੂੰ ਕੌਰ ਨਾਮ ਦੀ ਦਾਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਮੂਲ ਮੰਤਰ ਗੁਰ ਮੰਤਰ ਤ੍ਰਿਪਤ ਕਰਾ ਕੇ ਪੰਜਾਂ ਕਜਾਰਾਂ ਦੀ ਰਹਿ ਔਰ ਮਰਿਆਦਾ ਦੇ ਵਿੱਚ ਤਿਆਰ ਗੁਰ ਤਿਆਰ ਰਹਿਣ ਦਾ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਸੀਗਾ। ਹੁਣ ਕਈ ਵਿਦਵਾਨਾਂ ਨੇ ਐਸੀ ਗੱਲ ਲਿਖੀ ਹੈ ਕਿ ਪੰਜਾਂ ਦੇ ਸਿਰ ਵੀ ਜਿਹੜੇ ਉੱਥੇ ਪੰਜ ਬੱਕਰੇ ਚੜਾਏ ਗਏ। ਸਾਧ ਸੰਗਤ ਜੀ ਇਸ ਉੱਤੇ ਬੜੀ ਸੁੰਦਰ ਦਲੀਲ ਮਹਾਂਪੁਰਖਾਂ ਦੀ ਵੀ ਦਿੱਤੀ ਹੈ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਕਿਹਾ ਕਰਦੇ ਸਨ ਕਿ ਪਹਿਲੀ ਗੱਲ ਜੇ ਬੱਕਰੇ ਉੱਥੇ ਚੜਾਏ ਗਏ ਜਾਂ ਵੱਢੇ ਗਏ ਹੈ ਤਾਂ ਬੱਕਰੇ ਸਤਿਗੁਰੂ ਜੀ ਆਪ ਤਾਂ ਲੈ ਕੇ ਨਹੀਂ ਆਏ, ਮੰਡੀ ਵਿੱਚੋਂ ਕੋਈ ਸਿੱਖੀ ਲੈਣ ਗਿਆ ਹੋਵੇ ਤਾਂ ਕਿਸੇ ਦੇ ਘਰੋਂ ਮੁੱਲ ਦੇ ਕੇ ਜਾਂਦੇ ਹਨ, ਪਹਿਲੀ ਗੱਲ। ਇਹ ਦੂਸਰੀ ਗੱਲ ਜਦੋਂ ਬੰਬੂ ਦੇ ਅੰਦਰ ਬੱਕਰੇ ਵੱਢੇ ਹੈ ਫਿਰ ਕੁਝ ਸਿੱਖਾਂ ਨੂੰ ਪਤਾ ਤਾਂ ਹੋਵੇਗਾ ਕਿ ਬੱਕਰੇ ਇੱਥੇ ਜਾ ਕੇ ਅੰਦਰ ਵੱਢ ਦਿੰਦੇ ਹੈ। ਫਿਰ ਤੀਸਰੀ ਦਲੀਲ ਜਦੋਂ ਇੱਕ ਬੱਕਰੇ ਦਾ ਸਿਰ ਝਟਕਿਆ ਗਿਆ ਤਾਂ ਸਾਧ ਸਿੰਘ ਜੀ ਕੀ ਦੂਸਰੇ ਬੱਕਰੇ ਚੁੱਪ ਕਰਕੇ ਬੈਠੇ ਸਨ, ਦੂਜੇ ਬੱਕਰੇ ਦੀ ਮਿਆਂ ਮਿਆਂ ਕੇ ਰੌਲਾ ਪਾਇਆ ਉਹਨਾਂ ਨੇ, ਤੇ ਜਿਹੜੇ ਬਾਹਰ ਸਿੱਖਾਂ ਤੋਂ ਕਲਗੀਧਰ ਪਾਤਸ਼ਾਹ ਜੀ ਸਿੱਖ ਦੇ ਸਿਰ ਦੀ ਮੰਗ ਕਰ ਰਹੇ ਆ ਕਿ ਸਾਨੂੰ ਇੱਕ ਸਿੱਖ ਦੇ ਸਿਰ ਦੀ ਲੋੜ ਹੈ, ਤੇ ਜਿਹਨਾਂ ਨੇ ਘੱਟੋ ਘੱਟ ਬੱਕਰੇ ਲਿਆਂਦੇ ਅੰਦਰ ਬੰਨੇ ਜਾਂ ਬੱਕਰਿਆਂ ਦਾ ਰੌਲਾ ਸੁਣਿਆ ਕੀ ਉਹ ਤਾਂ ਘੱਟੋ ਘੱਟ ਆ ਕੇ ਹਾਜ਼ਰ ਹੋ ਹੀ ਸਕਦੇ ਸਨ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਿਰ ਮੰਗ ਰਹੇ ਹੈ ਪਰ ਸਿਰ ਨਹੀਂ ਝਟਕ ਰਹੇ, ਕੇਵਲ ਬੱਕਰਿਆਂ ਨੂੰ ਝਟਕਣਗੇ ਤੇ ਆਪਾਂ ਅੱਗੇ ਹੋ ਕੇ ਸਿਰ ਦੇ ਦਈਏ। ਸਾਧ ਸੰਗਤ ਜੀ ਇਹੋ ਜੀ ਜਿਹੜੀ ਮਨ ਘੜਤ ਦਲੀਲ ਆਪਣੇ ਗੁਰੂ ਦੇ ਬਾਬਤ ਦੇਣੀ ਹੈ, ਇਹ ਗੁਰੂ ਨੂੰ ਛੜੀਆ ਸਿੱਧ ਕਰਦਾ, ਗੁਰੂ ਨੂੰ ਧੋਖੇ ਬਾਝ ਸਿੱਧ ਕਰਦਾ ਕਿ ਕਦੇ ਵਾਸਤੇ ਵੀ ਜੇ ਗੁਰੂ ਇੱਕ ਮਰਦ ਦਾ ਸਿਰ ਮੰਗਦਾ ਇੱਕ ਸਿੱਖ ਦਾ ਸਿਰ ਮੰਗਦਾ ਤੇ ਸਿੱਖ ਦੇ ਸਿਰ ਦੀ ਥਾਂ ਤੇ ਬੱਕਰੇ ਦਾ ਸਿਰ ਝਟਕਦਾ ਤਾਂ ਕਿੱਡਾ ਵੱਡਾ ਗੁਰੂ ਸਾਹਿਬ ਨੂੰ ਝੂਠਾ ਇਹ ਸਾਬਤ ਕਰਦੇ ਆ। ਝੂਠ ਦੀ ਨੀਹਾਂ ਦੇ ਉੱਤੇ ਕਦੇ ਧਰਮ ਦੇ ਹੱਲ ਨਹੀਂ ਹੋ ਸਕਦੇ, ਝੂਠ ਦੀ ਨੀਂਹ ਦੇ ਉੱਤੇ ਕਦੇ ਸੱਚ ਦੀ ਨੀਂਹ ਵੀ ਨਹੀਂ ਟਿਕਿਆ ਸਕਦੀ। ਇਹ ਖਾਲਸਾ ਪੰਥ 300 ਸਾਲ ਤੋਂ ਉੱਤੇ ਹੋ ਗਿਆ ਕਲੀਆਂ ਵਾਲੇ ਦਾ ਸਾਡਿਆ ਔਰ ਇਸ ਖਾਲਸੇ ਪੰਥ ਦੀਆਂ ਲਾਭ ਸਾਲ ਕੁਰਬਾਨੀਆਂ ਅਤੇ ਸ਼ਹਾਦਤਾਂ ਹਨ ਤੇ ਸਾਧ ਸੰਗਤ ਦੀ ਧਰਮ ਦੀ ਨੀਂਹ ਰੱਖੀ ਗਈ ਹੈ ਔਰ ਗੁਰਬਾਣੀ ਵਿੱਚ ਆਇਆ ਹੈ ਮ੍ਰਿਤਕੋ ਪਾਇਓ ਅਨਸਾਸਾਂ ਵਿੱਚ ਆਨੰਦ ਲਾਏ। ਧੰਨ ਗੁਰੂ ਨਾਨਕ ਦੇਵ ਜੀ ਦਿੱਲੀ ਵਿੱਚ ਜਾਂਦੇ ਹੈ, ਸਿਕੰਦਰ ਲੋਧੀ ਬਾਦਸ਼ਾਹ ਦਾ ਮਹਾਵਤ ਜੋ ਹਾਥੀਆਂ ਦੀ ਸੇਵਾ ਸੰਭਾਲ ਕਰਨ ਵਾਲਾ ਜਿਸ ਸ਼ਾਹੀ ਸਵਾਰੀ ਤੇ ਸਿਕੰਦਰ ਲੋਧੀ ਹਾਥੀ ਤੇ ਬੈਠ ਕੇ ਸਾਰੇ ਦਿੱਲੀ ਵਿੱਚ ਜਾਂ ਲਾਲ ਕਿਲ੍ਹੇ ਵਿੱਚ ਜਾਇਆ ਕਰਦਾ ਆਪਣੇ ਮਹਿਲਾਂ ਤੋਂ ਉਸ ਮਹਾਵਤ ਦਾ ਹੱਥ ਹੀ ਭਰ ਜਾਂਦਾ।
ਤਾਂ ਗੁਰੂ ਨਾਨਕ ਦੇਵ ਜੀ ਵਜੋਂ ਟਿੱਲਾ ਸਾਹਿਬ ਅਸਥਾਨ 'ਤੇ ਬੈਠੇ ਨਾਲ ਭਾਈ ਬਾਲਾ ਮਦਾਨਾ ਬੈਠੇ ਹੈ, ਕੀਰਤਨ ਹੋ ਰਿਹਾ। ਮਹਾਵਤ ਆਪ ਤੇ ਬੇਨਤੀ ਕਰਦਾ, ਮਹਾਰਾਜ ਮੇਰਾ ਹੱਥੀ ਮੰਗ ਗਿਆ, ਕਿਰਪਾ ਕਰੋ ਮੇਰੀ ਰੋਟੀ ਰੇਜਕ ਉਪਜੀਵਿਕਾ ਦਾ ਕੇਵਲ ਇਹੋ ਸਾਧਨ ਸੀ। ਅਤੇ ਜੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਸਿਕੰਦਰ ਲੋਧੀ ਬੜਾ ਜ਼ਾਲਮ ਬਾਦਸ਼ਾਹ ਹੈ, ਮਹਾਰਾਜ ਮੈਨੂੰ ਮੌਤ ਦੀ ਸਜ਼ਾ ਵੀ ਦੇ ਸਕਦਾ ਕਿ ਮੇਰੀ ਸਾਹੀ ਸ਼ਿਵਾਜੀ ਵਾਲਾ ਹਾਥੀ, ਤੂੰ ਉਸਦੀ ਸੇਵਾ ਸੰਭਾਲ ਨਹੀਂ ਕੀਤੀ, ਨਿਗਰਾਨੀ ਨਹੀਂ ਕੀਤੀ, ਖਿਆਲ ਨਹੀਂ ਰੱਖਿਆ ਅਤੇ ਮੈਨੂੰ ਮੌਤ ਦੇ ਘਾਟ ਵੀ ਪਾਲ ਸਕਦਾ। ਮਹਾਰਾਜ ਮੈਂ ਗਰੀਬ ਹਾਂ, ਮੇਰੇ ਛੋਟੇ ਛੋਟੇ ਬੱਚੇ ਹੈ, ਸਤਿਗੁਰੂ ਜੀ ਮੇਰੇ ਤੋਂ ਬਿਨਾਂ ਇਹਨਾਂ ਨੂੰ ਪਾਲਣ ਪੋਸਣ ਵਾਲਾ ਕੋਈ ਨਹੀਂ, ਮੇਰੇ ਪਰਿਵਾਰ ਦਾ ਕੋਈ ਗੁਜ਼ਾਰਾ ਕਰਨ ਵਾਲਾ ਕੋਈ ਨਹੀਂ, ਮਹਾਰਾਜ ਦਇਆ ਕਰੋ, ਰਹਿਣ ਦੇ ਘਰ ਵਿੱਚ ਆਓ, ਮੇਰਾ ਹਾਥੀ ਮਰਿਆ ਜਿੰਦਾ ਕਰ ਦਿਓ। ਸਤਿਗੁਰੂ ਜੀ ਪਾਸ ਜਾ ਕੇ ਅੰਮ੍ਰਿਤਮਈ ਮੇਗਾ ਪਾਉਂਦੇ, ਹਾਥੀ ਉੱਠ ਕੇ ਬੈਠ ਜਾਂਦਾ। ਵਿਸਾਖ ਸਿੰਘ ਕਾਜੀ ਆ ਕੇ ਧੰਨ ਗੁਰੂ ਨਾਨਕ ਦੇਵ ਜੀ ਦੇ ਪਾਸ ਆ ਕੇ ਕਾਜੀ ਨੂੰ ਪਤਾ ਲੱਗ ਜਾਂਦਾ, ਉਹ ਆ ਕੇ ਸਤਿਗੁਰੂ ਜੀ ਦੇ ਪਾਸ ਸ਼ੰਕਾ ਕਰਦਾ, ਜਿਵੇਂ ਅੱਜ ਕੱਲ੍ਹ ਦੇ ਸਿੱਖ ਗੁਰੂ ਸਾਹਿਬ ਨੂੰ ਇੱਕ ਆਮ ਮਨੁੱਖ ਦੀ ਤਰ੍ਹਾਂ ਦੇਖਦੇ। ਸਤਿ ਸ੍ਰੀ ਜੀ, ਗੁਰੂ ਸਾਹਿਬ ਆਮ ਮਨੁੱਖਾਂ ਦੀ ਤਰ੍ਹਾਂ ਨਹੀਂ ਹਨ। ਜੇ ਅਸੀਂ ਉਹ ਭੌਤਿਕ, ਉਹ ਕਰਾਮਾਤਾਂ, ਉਹ ਸ਼ਕਤੀਆਂ, ਉਹ ਗੁਰੂ ਦੀਆਂ ਬਰਕਤਾਂ ਸਾਡੇ ਵਿੱਚ ਦਿਖਾਉਣ ਦੀ ਜਾਂ ਕਰਨ ਦੀ ਸਮਰੱਥਾ ਨਹੀਂ, ਤਾਂ ਅਸੀਂ ਗੁਰੂ ਸਾਹਿਬ ਨੂੰ ਆਮ ਮਨੁੱਖਾਂ ਦੀ ਤਰ੍ਹਾਂ ਸਮਝਣ ਲੱਗ ਪਏ ਕਿ ਜੇ ਅਸੀਂ ਇਹ ਕੁਛ ਕਰ ਸਕਦੇ ਤਾਂ ਗੁਰੂ ਸਾਹਿਬ ਕਿਵੇਂ ਕਰ ਸਕਦੇ ਸਨ। ਗੁਰਬਾਣੀ ਵਿੱਚ ਆਇਆ ਮਾਨੁੱਖ ਤਾਂ ਕਰ ਰੂਪ ਨਾ ਜਾ, ਗੁਰੂ ਨੂੰ ਕਦੇ ਮਨੁੱਖ ਦਾ ਰੂਪ ਕਰਕੇ ਨਾ ਸਮਝ, ਆਮ ਮਨੁੱਖਾਂ ਵਰਗਾ। ਗੁਰੂ ਤਾਂ ਸਰਵ ਸ਼ਕਤੀਮਾਨ, ਸਰਵ ਕਲਾ ਸਮਰੱਥ ਹੈ, ਜੋ ਚਾਹੁਣ ਸੋ ਕਰ ਸਕਦੇ ਹੈ। ਕਾਜੀ ਨੇ ਸ਼ੰਕਾ ਕੀਤੀ, ਕਾਜੀ ਕਹਿਣ ਲੱਗਾ ਕਿ ਮਹਾਰਾਜ ਤੁਸੀਂ ਹਾਥੀ ਕਿਵੇਂ ਜੋਗਾ ਕਰ ਸਕਦੇ ਹੋ, ਜੇ ਹਾਥੀ ਜੋਗਾ ਕਰ ਸਕਦੇ ਹੋ, ਤੁਹਾਡੇ ਵਿੱਚ ਇਹ ਸਮਰੱਥਾ ਹੈ, ਬਰਕਤ ਹੈ, ਤਾਂ ਹਾਥੀ ਮਾਰ ਕੇ ਵਿਖਾਓ। ਮਹਾਰਾਜ ਕਹਿੰਦੇ ਜੇ ਅਕਾਲ ਪੁਰਖ ਨੂੰ ਭਾਏਗਾ ਤਾਂ ਇਸੇ ਤਰ੍ਹਾਂ ਹੀ ਹੋ ਜਾਏਗਾ, ਹਾਥੀ ਮਰ ਜਾ ਤਾਂ ਫਿਰ ਦੁਬਾਰਾ ਇਤਿਹਾਸ ਵਿੱਚ ਜ਼ਿਕਰ ਹੋਊਗਾ। ਮਹਾਵਤ ਫਿਰ ਕਰਦਾ ਕਰਦਾ ਮਹਾਰਾਜ ਇਸ ਕਾਜੀ ਨੇ ਨਿਸ਼ਬਦ ਕੁਮੇ ਨਾਲ ਸ਼ੰਕਾ ਕੀਤੀ ਹੈ, ਪਰ ਮੈਂ ਤੁਹਾਡੀ ਕਰਾਮਾਤ ਸ਼ਕਤੀ ਦੇਖ ਚੁੱਕਾ ਮਹਾਰਾਜ, ਮੇਰੇ ਗਰੀਬ ਦੀ ਰੋਟੀ ਚਲੀ ਜਾਣੀ ਹੈ, ਮੈਨੂੰ ਮੌਤ ਦੀ ਸਜ਼ਾ ਵੀ ਮਿਲ ਸਕਦੀ ਹੈ, ਜੇਲ੍ਹ ਖਾਨੇ ਵਿੱਚ ਵੀ ਬੰਦ ਕੀਤਾ ਜਾਏਗਾ, ਮਹਾਰਾਜ ਕਿਰਪਾ ਕਰੋ, ਮੇਰੀ ਫਰਿਆਦ ਹੈ, ਇਸ ਹਾਥੀ ਨੂੰ ਜਿਉਂਦਾ ਕਰੋ। ਮਹਾਰਾਜ ਉਦੋਂ ਹੀ ਕਿਰਪਾ ਦੀ ਦ੍ਰਿਸ਼ਟੀ ਕਰਦੇ, ਹਾਥੀ ਨੂੰ ਫਿਰ ਜੀਵਿਤ ਕਰ ਦਿੰਦੇ ਆ। ਪਹਿਲੇ ਸਰੂਪ ਦੇ ਵਿੱਚ ਐਡੀ ਵੱਡੀ ਬਰਕਤ, ਇੱਕ ਦੀ ਅਨੇਕਾਂ ਬਰਕਤਾਂ ਹਨ, ਗੁਰੂ ਦੀਆਂ ਸ਼ਕਤੀਆਂ ਹਨ, ਗੁਰੂ ਦੀਆਂ ਕਰਾਮਾਤਾਂ ਹਨ, ਜਿਹਨਾਂ ਨਾਲ ਇਤਿਹਾਸ ਭਰਿਆ ਪਿਆ। ਮਿੱਤਰ ਕੋ ਪਾਇਓ ਤਨ ਸਾਸਾ, ਵਿਸ਼ਰਤ ਆਮ ਲਾਇਓ। ਸਾਧ ਸੰਗਤ ਦੀ ਇਸੇ ਤਰ੍ਹਾਂ ਤੀਸਰੇ ਰੂਪ ਦੇ ਵਿੱਚ ਤੇਈਏ ਦੇ ਤਾਪ ਨਾਲ ਮਾਤਾ ਦਾ ਪੁੱਤਰ ਚੜ੍ਹਾਈ ਕਰ ਗਿਆ, ਮਹਾਰਾਜ ਨੂੰ ਜੀਵਤ ਦਾਨ ਦੇ ਕੇ ਉਸ ਨੂੰ ਨਿਰੋਗ ਦਾ ਬਖਸ਼ਿਸ਼ ਕਰ ਦਿੰਦੇ ਹਨ। ਪੰਜਵੇਂ ਸਰੂਪ ਦੇ ਵਿੱਚ ਭਾਈ ਸੰਮਣ ਔਰ ਭਾਈ ਮੁਸਨ, ਸੰਮਣ ਦਾ ਪੁੱਤਰ ਮੁਸਨ, ਭਾਈ ਸੰਮਣ ਦਾ ਪੁੱਤਰ ਮੁਸਨ ਜਦੋਂ ਗੁਰੂ ਅਰਜਨ ਦੇਵ ਜੀ ਲਾਹੌਰ 'ਚ ਜਾਂਦੇ ਹੈ ਲੰਗਰ ਦੀ ਸੇਵਾ ਕਰਨ ਲਈ, ਸ਼ਾਹੂਕਾਰ 500 ਰੁਪਇਆ ਨਹੀਂ ਦਿੰਦਾ, ਤਾਂ ਆਪਣਾ ਜੋ ਉਹਨਾਂ ਦਾ ਹੱਕ ਬਣਦਾ ਸੀ, ਕਈ ਮਹੀਨਿਆਂ ਦੀ ਤਨਖਾਹ ਸੀ ਉਹ ਸ਼ਾਹੂਕਾਰ ਦੀ, ਸ਼ਾਹੂਕਾਰ ਦੇ ਵੱਲ ਰਹਿੰਦਾ ਜੋ ਕਰਜ਼ਾ ਸੀ ਲੈਣ ਗਏ, ਇਨਕਾਰ ਕਰ ਦਿੱਤਾ। ਤਾਂ ਫਿਰ ਗੁਰੂ ਕਾ ਲੰਗਰ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਨੂੰ ਸੰਗਤਾਂ ਨੂੰ ਲੰਗਰ ਛਕਾਉਣ ਲਈ ਭਾਈ ਸਾਹਮਣੇ ਮੁਸਲ ਸ਼ਾਹੂਕਾਰ ਦੀ ਦੁਕਾਨ ਦੇ ਸਾਹਮਣੇ ਦਰਵਾਜ਼ਾ ਤੋੜਦੇ ਹੈ ਤਾਂ ਲੋਕਾਂ ਵਿੱਚ ਰੌਲਾ ਪੈਂਦਾ। ਉੱਤੋਂ ਦੀ ਜਾ ਕੇ ਛੱਤ ਪਾੜ ਕੇ ਭਾਈ ਮੁਸਲ ਥੱਲੇ ਜਾਂਦਾ, 500 ਰੁਪਇਆ ਚਾਂਦੀ ਦਾ ਆਪਣੇ ਪਿਤਾ ਨੂੰ ਫੜਾਉਂਦਾ, ਬਾਹਰ ਨਿਕਲਣ ਲੱਗਦਿਆਂ ਨਿਕਲਿਆ ਨਹੀਂ ਜਾਂਦਾ। ਭਾਈ ਮੁਸਲ ਕਹਿਣ ਲੱਗਾ, ਹੇ ਪਿਤਾ, ਮੇਰੇ ਸਿਰ ਤੋਂ ਹੀ ਪਛਾਣ ਆਉਂਦੀ ਹੈ ਕਿ ਕੌਣ ਆਇਆ ਸੀ ਇੱਥੇ, ਇਸ ਕਰਕੇ ਕਿਤੇ ਜਲਦੀ ਨਾ ਪੁਲਿਸ ਦਾ ਇਹਦੀ ਆ ਕੇ ਘੇਰਾ ਪਾ ਕੇ ਆਪਾਂ ਨੂੰ ਪਕੜ ਲੈਣ, ਮੈਨੂੰ ਵੀ ਤੁਹਾਨੂੰ ਵੀ ਨਿਸ਼ਾਨਦੇਹੀ ਕਰ।
दिन चढ़ता जा रहा है, सुबह का वक्त हो चुका है, सेवा में विघ्न पै जाएगा, मेरा सिर कट के धड़ इतने रहन दे, मेरी पछाण भी आएगी, मेरा सिर घर नूं लै जा। साथ समझी उस वक्त भाई संवन अपने पुत्र का सिर कट के घर विच लै जांदा, रख दिंदा। शाहूकार दुकान खोलदा, दिन चढ़दे नाल वेखदा मेरी दुकान विच किसे मनुख दा घड़ पिया, डर पिया, भयभीत हो गया कि जे घर का पता लगा तो मैनू ना पकड़ के कतल की सजा दे फसा दिता जाए। औखा टाइम जान के भाई सबू को बुला, कह लगा मेरे पुराने तुसी मित्र हो, मेरे कारोबार में तुसी बहुत वड्डा काम कार सारा हाथ बटाया, साथ दिता, मेरे ते विपता पई है, शरीर जिहड़ा धड़ इत्थे मिलकता पिया, कोई बंदा चोरी करन आया, नाल ते साथी चोरी करके लै गए घर, एक साथी जा ना सकिया, उहदा धड़ इत्थे छड्ड के सिर वढ के लै गए है, तू इस घर नूं किसे तरह इत्थों चुक के लै जा, मैं दुकान की सफाई करके फिर दुकान खोलांगा, मेरा बचाव हो सके। भाई संगण अपने पुत्र का धड़ लगा के सिर नाल जोड़ के उत्ते चादर दे के घर विच रख दिंदा। धन गुरु अर्जन देव जी आउंदे आ, शब्द पढ़दे सदका नाल पगतां लागियां, हथ पवित्र कराए गए, लंगर परोसिया गया। हुण जाने जाण सतगुरु गुरु अर्जन देव जी भाई संगण नूं कहण लगे, भाई संगण तूं तां सेवा विच लगा होया, लंगर वरता रहा, सेवा कर रहा, तेरा पुत्र मूसन कित्थे है? तुसीं तां पिता पुत्र रोज आ के सेवा करदे हो, दीवान विच कीर्तन कथा सुनदे हो, मूसन नजर नहीं आ रहा, बुला कित्थे है, सेवा विच लगे। कहण लगा महाराज मूसन की सेहत नहीं ठीक, वो सेवा च नहीं आ सका। महाराज कहिंदे नहीं, उहनूं बुला। तीसरी बारी बची पिता गुरु अर्जन देव जी कहते, जो मूसन आएगा तो लंगर सकेंगे, नहीं लंगर नहीं सकना। साध संगी फिर भाई संगत दियां अखां विच अथरू आ गए, गल विच पल्ला पा लिया, महाराज जिथे मूसन चलिया गया उतों मैं नहीं बुला सकता, तुसी बुला सकते हो। उस वक्त फिर धन गुरु अर्जन देव जी आवाज मार दे, आ मूसन पंगत विच साडे नाल बैठ के लंगर छक। आवाज मारी, भाई मूसन वाहिगुरू वाहिगुरू करदा उठ के बैठ गया। भाई मूसन ने लंगर उतारिया, सतगुरां नाल बैठ के छकिया, मृतक को पायो अनसासा विच तान मिला। उस भाई मूसन बकरे चकते गए, सो खालसा की उन्हां दीआं तोतियां मनमुखां वालियां दलीलां तो सावधान रहण दे अबल क्रांति का प्रसंग सुनाउण का समां नहीं। अब्बल तरानी और अंगदेव का सुनिया सात संगत जी जो हर रोज गुरु गोबिंद सिंह साहब जी की सी आई डी और अंगदेव को दिता, अखी वेखी घटना सारी अपने हाथों वासिक लेके दिल्ली भेजता। गुरु गोबिंद सिंह साहब की बाबत के विसाखी का दिन आया, पंज प्यारे ने शीस लाए और सारी दुनिया में सामने उन्होंने धड़ा वालों शीस जुदा किए, अमृत तैयार करके छटे मार के उन्होंने जीवन दान दिता, उन्होंने अमृत छकाया, जिथे होर प्राणियों ने छकिया उथे मेरे को भी रहा मिल गया। मैं भी हिंदू के भेस में धोती ला के गर्म च दिलू पा के मत्थे से टिका ला के रोज मथा टेकन जाता, पर गुप्त खबर सी आई डी लैके रंगदेव को भेजा करता। और रंगदेव का सुनिया सी सूह देने वाला, खबर देने वाला, सी आई डी देने वाला, वो खीरलिया पंक्तियां लिखता कि रंगदेव बादशाह गुरु गोबिंद सिंह साहब जी तू आम मनुख न
ਨਾ ਸਮ ਇਹ ਮਾਤ ਲੋਕ ਤੇ ਮਨੁੱਖਾ ਜਾਮੇ ਵਿੱਚ ਆਪ ਖੁਦਾ ਆਇਆ ਖੁਦਾ ਇਹਨੇ ਮੇਰੇ ਸਾਹਮਣੇ ਪੰਜਾਂ ਦੇ ਸਿਰ ਲੈ ਕੇ ਧਰ ਨਾਲ ਜੁਦਾ ਕਰਕੇ ਜਿਉਂਦੇ ਕਰ ਦਿੱਤੇ ਅੰਮ੍ਰਿਤ ਦੀ ਸ਼ਕਤੀ ਨਾਲ ਆਪਣੇ ਹੱਥ ਦੇ ਨਾਲ ਔਰ ਕਹਿਣ ਲੱਗਾ ਇਹ ਗੁਰੂ ਬੜਾ ਬਖਸ਼ਿੰਦ ਹੈ ਤੂੰ ਇਸ ਗੁਰੂ ਨਾਲ ਟੱਕਰ ਨਾ ਲੈ ਇਸ ਗੁਰੂ ਨਾਲ ਵੈਰ ਭਾਵ ਛੱਡ ਕੇ ਇਹਨਾਂ ਦੀ ਸ਼ਰਨ ਵਿੱਚ ਆ ਕੇ ਜੋ ਤੂੰ ਇਹਨਾਂ ਦੇ ਪਿਤਾ ਦਾ ਦਿੱਲੀ ਵਿਖੇ ਸੱਦ ਕੇ ਉਹਨਾਂ ਨੂੰ ਸ਼ਹੀਦ ਕੀਤਾ ਵੱਡਾ ਪਾਪ ਕੀਤਾ ਉਸ ਦੀ ਖਿਮਾ ਯਾਦ ਨਾ ਕਰ ਲੈ ਪਿਛਲਾ ਵੈਰ ਤਿਆਗ ਲੈ ਮੈਨੂੰ ਭਰੋਸਾ ਕਿ ਤੇਰੇ ਸਾਰੇ ਗੁਨਾਹਾਂ ਦੀ ਖਿਮਾ ਕਰ ਦੇਣਗੇ ਮੁਆਫ ਕਰ ਦੇਣਗੇ ਔਰ ਤੂੰ ਇਹਨਾਂ ਨਾਲ ਬਿਨਾਂ ਕਾਰਨ ਤੋਂ ਟੱਕਰ ਨਾ ਲੈ ਧਰਮ ਦੇ ਰਾਖੇ ਹੈ ਧਰਮ ਦੀ ਰੱਖਿਆ ਕਰਨ ਵਾਸਤੇ ਆਏ ਹੈ ਔਰ ਅੰਗਦੇਵ ਜੇ ਤੂੰ ਮੇਰੀ ਲੇਖ ਰਾਏ ਨਹੀਂ ਮੰਨੇਗਾ ਮੇਰੀ ਲੇਖ ਸਲਾਹ ਨਹੀਂ ਮੰਨੇਗਾ ਮੈਂ ਹੁਣ ਤੱਕ ਤੇਰਾ ਵਫ਼ਾਦਾਰ ਹਾਂ ਅੱਜ ਤੋਂ ਤੇਰੀ ਨੌਕਰੀ ਕਰਨੀ ਮੈਂ ਛੱਡੀ ਅੱਜ ਤੋਂ ਬਾਅਦ ਨੌਕਰੀ ਨਹੀਂ ਕਰਾਂਗਾ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਪਾਰ ਜਾ ਕੇ ਅੰਮ੍ਰਿਤ ਛਕਾਂਗਾ ਉਹਨਾਂ ਦਾ ਸਿੱਖ ਸਜਾਂਗਾ ਪਰ ਮੈਂ ਤੈਨੂੰ ਅਖੀਰ ਦੀਆਂ ਸੰਤਰਾਂ ਵਿੱਚ ਇਹ ਗੱਲ ਕਹਿਣੀ ਚਾਹੁੰਦਾ ਜੇ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਟਕਰਾਏਗਾ ਨਾ ਤੇਰੀ ਸਲਤਨਤ ਵੀ ਤੇਰਾ ਤਖ਼ਤ ਵੀ ਤੇਰਾ ਰਾਜ ਭਾਗ ਵੀ ਤੂੰ ਵੀ ਇੱਕ ਦਿਨ ਚੂਰ ਚੂਰ ਹੋ ਜਾਏਗਾ ਦੁਨੀਆਂ 'ਚ ਤੇਰਾ ਸਰਵਨਾਸ ਹੋ ਜਾਏਗਾ ਤੇਰੀ ਕਬਰ 'ਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਰਹੇਗਾ ਇਸ ਧਰਤੀ ਦੇ ਉੱਤੇ ਜੇ ਇਸ ਖੁਦਾ ਦੇ ਨਾਲ ਤੂੰ ਮੱਥਾ ਲਾਵੇਂ ਔਰ ਸਾਧ ਸੰਗਤ ਜੀ ਅਖੀਰ 'ਤੇ ਉਹ ਲਿਖਦਾ ਕਿ ਮੈਂ ਇੰਨਾ ਪ੍ਰਭਾਵਿਤ ਗੁਰੂ ਦੇ ਕ੍ਰਿਸ਼ਮੇ ਨੂੰ ਕ੍ਰਿਸ਼ਮੇ ਦਾ ਤੁਹਾਡਾ ਸ਼ਕਤੀ ਕਰਾ ਮਾਤ ਉਹਨੇ ਆਪਣੀ ਭਾਸ਼ਾ ਵਿੱਚ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਕ੍ਰਿਸ਼ਮਾ ਦੇਖ ਕੇ ਉਹਨਾਂ ਦੇ ਚਰਨਾਂ 'ਚ ਗਿਆ ਕਹਿੰਦੇ ਮੇਰੇ ਵੱਲ ਦੇਖ ਕੇ ਅੱਗੇ ਵੀ ਪਛਤਾਉਂਦੇ ਸਨ ਕਿ ਉਹਨਾਂ ਨੂੰ ਪਤਾ ਸੀ ਕਿ ਇਹਦੇ ਮਨ ਵਿੱਚ ਖੋਟ ਹੈ ਉੱਪਰੋਂ ਸਿੱਖ ਬਣ ਕੇ ਆਉਂਦਾ ਪਰ ਮਨ ਦਾ ਖੋਟਾ ਹੈ ਮਨ ਦਾ ਪਾਪੀ ਹੈ ਗੁਰੂ ਘਰ ਦੀ ਸੀ ਐਡੀ ਕਰਦਾ ਖਬਰਾਂ ਦਿੰਦਾ ਪਰ ਕਹਿੰਦੇ ਮੈਨੂੰ ਵੇਖ ਕੇ ਮੁਸਕਰਾ ਜਾਂਦੇ ਸਨ ਕੁਛ ਕਿਹਾ ਨਾ ਕਰਦੇ ਪਤਾ ਉਹਨਾਂ ਨੂੰ ਹੈ ਸੀ ਕਿ ਮੈਂ ਕਪਟੀ ਛਲੀਆ ਧੋਖੇ ਬਾਜ ਹਾਂ ਪਰ ਮੇਰੇ ਕਪਟ ਛਲ ਨੂੰ ਵੇਖ ਕੇ ਕਦੇ ਮਨ ਵਿੱਚ ਹਿਰਦੇ ਵਿੱਚ ਰੋਸ ਨਹੀਂ ਲਿਆਉਂਦੇ ਸੀ ਕਹਿੰਦਾ ਅੱਜ ਮੈਂ ਗਿਆ ਔਰ ਜਾ ਕੇ ਮੱਥਾ ਟੇਕਿਆ ਕਕਾਰ ਪਾ ਕੇ ਹਾਜ਼ਰ ਹੋਇਆ ਗੁਰੂ ਸਾਹਿਬ ਇੰਨੇ ਪ੍ਰਸੰਨ ਹੋਏ ਕਹਿੰਦੇ ਮੈਨੂੰ ਉਹਨਾਂ ਨੇ ਗਰਬੱਕੜੀ ਵਿੱਚ ਲੈ ਕੇ ਅੰਮ੍ਰਿਤ ਦਿੱਤਾ ਤੇ ਮੈਂ ਉਹਨਾਂ ਦੇ ਬਾਟੇ ਵਿੱਚੋਂ ਉਹਨਾਂ ਦੇ ਹੱਥੋਂ ਅੰਮ੍ਰਿਤ ਛਕ ਕੇ ਆ ਗਿਆ ਮੇਰਾ ਨਾਮ ਉਹਨਾਂ ਨੇ ਗੁਰਬਖਸ਼ ਸਿੰਘ ਰੱਖ ਦਿੱਤਾ ਅਜਮੇਰ ਸਿੰਘ ਵਾਹਿਗੁਰੂ ਕਹਿੰਦਾ ਮੇਰਾ ਨਾਮ ਭਾਈ ਅਜਮੇਰ ਸਿੰਘ ਰੱਖ ਦਿੱਤਾ ਅੱਜ ਤੋਂ ਪਾਤਸ਼ਾਹ ਰਾਮਦੇਵ ਨੂੰ ਗੋਬਿੰਦ ਸਿੰਘ ਜੀ ਦਾ ਸਿੰਘ ਸੰਗਿਆ ਨਾਮ ਮੇਰਾ ਅਜਮੇਰ ਸਿੰਘ ਹੋਇਆ ਰਹਿੰਦੇ ਸਰੀਰ ਦੇ ਬਿੰਨੇ ਸਵਾਸ ਹੈ ਕਲਗੀ ਘਰ ਦੇ ਦਰ ਦੀ ਚਾਕਰੀ ਕਰਾਂਗਾ ਸੇਵਾ ਕਰਾਂਗਾ ਸਤਸੰਗ ਦੀ ਰਿਪੋਰਟ ਲਖਨਊ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ ਡਾਕਟਰ ਭਾਈ ਵੀਰ ਸਿੰਘ ਜੀ ਆਪ ਪੜ੍ਹ ਕੇ ਆਏ ਆਪ ਉਹਨਾਂ ਨੇ ਅੰਕਿਤ ਕੀਤੀ ਇਹ ਅੱਖੀ ਡਿੱਠਾ ਹਾਲ ਇੱਕ ਹੋਰ ਵੀ ਬੜੀ ਪੁਖਤਾ ਗਵਾਹੀ ਹੈ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਦਰਾਂ ਵਾਲੇ ਸਾਧ ਸੰਗਤ ਜੀ ਹਰ ਦੁਆਰ ਉਹਨਾਂ ਦੇ ਸਮੇਂ ਵਿੱਚ ਲਗਭਗ 25 ਤੋਂ 28 ਤੱਕ ਬੜਾ ਭਾਰੀ ਕੁੰਭ ਲੱਗਾ ਉੱਥੇ ਮਹਾਂਪੁਰਸ਼ ਇੱਕ ਮਹੀਨਾ ਰਹੇ ਲਗਭਗ 131 ਪ੍ਰਾਣੀਆਂ ਨੂੰ ਜਿਹਦੇ ਵਿੱਚ ਸੰਨਿਆਸੀ ਸਾਧੂ ਉਹਨਾਂ ਨੂੰ ਅੰਮ੍ਰਿਤ ਛਕਾਇਆ ਕਥਾ ਕੀਰਤਨ ਕਰਦੇ ਰਹੇ ਉੱਥੇ ਮਹਾਂਪੁਰਖਾਂ ਨੂੰ ਬੜੀ ਬਿਰਧ ਅਵਸਥਾ ਦੇ ਵਿੱਚ ਕਲਗੀ ਧਰ ਪਾਤਸ਼ਾਹ ਜੀ ਦੀ ਜਿਹੜੀ ਰੋਜ਼ਾਨਾ ਡੈਲੀ ਲਿਖਿਆ ਕਰਦੇ ਜਿਹੜੀ ਗੋਹਰ ਪੋਥੀ ਸੀ ਹਜ਼ੂਰ ਸਾਹਿਬ ਅੱਜ ਨਹੀਂ ਉਹ ਰਹਿ ਗਈ ਕੋਈ ਉੱਥੋਂ ਲੈ ਗਿਆ ਗੋਹਰ ਪੋਥੀ ਵਿੱਚ ਰੋਜ਼ ਸਤਿਗੁਰੂ ਜੀ ਦੇ ਵਾਕਿਆਤ ਲਿਖਿਆ ਕਰਦੇ ਸਨ ਕਲਗੀ ਧਰ ਦੇ ਭਾਈ ਹਰ ਸਿੰਘ ਜੀ ਜਦੋਂ ਪੰਜਾਂ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਪੰਜ ਸਿੰਘਾਂ ਨੂੰ ਜਦੋਂ ਬਾਬਿਆ ਖੜਾ ਕੀਤਾ ਪਿਆਰੇ ਧਰਮ ਸਿੰਘ ਜੀ ਭਾਈ ਸੰਤੋਖ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਭਾਈ ਹਰ ਸਿੰਘ ਜੀ ਭਾਈ ਹਰ ਸਿੰਘ ਜੀ ਵੀ ਉਹਨਾਂ ਵਿੱਚੋਂ ਇੱਕ ਸਨ ਉਹ ਗੁਰੂ ਸਾਹਿਬ ਦੀ ਡੈਰੀ ਲਿਖਦੇ ਸਨ ਉਹਨਾਂ ਨੇ ਉਸ ਡੈਰੀ ਵਿੱਚ ਲਿਖਿਆ
ਕਿ ਜਦੋਂ ਅੰਮ੍ਰਿਤ ਸੰਚਾਰ ਕੀਤਾ ਤੰਬੂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪ੍ਰਕਾਸ਼ ਕੀਤਾ ਸੀ ਸਤਿਗੁਰਾਂ ਉਹਨਾਂ ਨੇ ਆਪ ਲਿਖਿਆ ਸੀ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਜਿਹੜੀ ਪੀੜ ਲਿਖੀ ਹੋਈ ਸੀ ਤਾਂ ਤਾਰਾ ਭਾਈ ਵੱਲੋਂ ਨੇ ਕੀਤਾ ਸੀ ਨੌਵੇਂ ਗੁਰਦੇਵ ਜੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਨਾਲ ਪਾਲਕੀ ਸਾਹਿਬ ਵਿੱਚ ਰੱਖਦੇ ਤੇ ਦਸਮ ਪਿਤਾ ਜੀ ਨੇ ਵੀ ਕਹਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਉਹਦੇ ਸਨਮੁੱਖ ਖੰਡਾ ਬਾਟਾ ਸੁਨਹਿਰਾ ਰੱਖ ਕੇ ਅੰਮ੍ਰਿਤ ਤਿਆਰ ਕੀਤਾ ਸੀ ਉਹਨਾਂ ਨੇ ਇਹ ਸ਼ਬਦ ਲਿਖੇ ਹੈ ਕਿ ਕਲਗੀਆਂ ਵਾਲੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਭਾਈ ਹਰ ਸਿੰਘ ਦੀ ਬਿਰਧ ਅਵਸਥਾ ਵਿੱਚ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਮਿਲਦੇ ਹਨ ਔਰ ਉਦੋਂ ਉਹਨਾਂ ਦੀ ਸਵਾ 200 ਸਾਲ ਸਰੀਰ ਦੀ ਉਮਰ ਹੋ ਚੁੱਕੀ ਸੀ 225 ਸਾਲ ਕਿਉਂਕਿ 1708 ਵਿੱਚ ਮਹਾਰਾਜ ਜੋਤੀ ਜੋਤ ਸਮਾਏ ਹੈ ਤੇ ਇਸ ਕਰਕੇ 225 ਸਾਲ ਸਰੀਰ ਦੀ ਉਹਨਾਂ ਦੀ ਅਵਸਥਾ ਸੀ ਉਮਰ ਸੀ ਭਾਈ ਹਰ ਸਿੰਘ ਜੀ ਭਾਈ ਹਰ ਸਿੰਘ ਜੀ ਜਦੋਂ ਮਹਾਂਪੁਰਸ਼ਾਂ ਨੂੰ ਮਿਲੇ ਬੜਾ ਲੰਬਾ ਵਾਰਤਾਲਾਪ ਹੋਇਆ ਤੇ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਦੋ ਕਸ਼ਹਿਰੇ ਦੋ ਦਸਤਾਰਾ ਇੱਕ ਗਲ ਵਿੱਚ ਅਲਫੀ ਪਾਉਣ ਵਾਲਾ ਵਸਤਰ ਸੀਤਾ ਹੋਇਆ ਅਲਫੀ ਤਿਆਰ ਕੀਤੀ ਦੋ ਕਸ਼ਹਿਰੇ ਦੋ ਹਲਫੀਆਂ ਦੋ ਦਸਤਾਰਾ ਤੇ ਉੱਤੇ 5 ਰੁਪਏ ਚਾਂਦੀ ਦੇ ਉਹਨਾਂ ਨੂੰ ਰੱਖ ਕੇ ਭੇਟਾ ਕੀਤੇ ਉਹਨਾਂ ਨੇ ਸਾਹਮਣੇ ਸੰਤਾਂ ਦੇ ਵੇਖਦਿਆਂ ਵੇਖਦਿਆਂ 5 ਰੁਪਏ ਜਿਹੜੇ ਉਹ ਬੰਗਾਂ ਵਿੱਚ ਸੁੱਟ ਦਿੱਤੇ ਤੇ ਉਹ ਵਸਤਰ ਅੱਗੇ ਕਾਮ ਕਰ ਲਿਆ ਉਹਨਾਂ ਨੇ ਆਪਣੀ ਝੋਲੀ ਵਿੱਚੋਂ ਇੱਕ ਫਲ ਕੱਢ ਕੇ ਮਹਾਂਪੁਰਸ਼ਾਂ ਨੂੰ ਦਿੱਤਾ ਤੇ ਮਹਾਂਪੁਰਸ਼ ਜਦੋਂ ਅੱਗੋਂ ਤੱਕ ਛੱਡਣ ਗਏ ਥੋੜ੍ਹੀ ਦੂਰ ਸਿੰਘਾਂ ਦੇ ਵੇਖਦਿਆਂ ਵੇਖਦਿਆਂ ਉਹ ਮਹਾਂਪੁਰਖ ਸਤਿਗੁਰਾਂ ਦੇ ਸਾਥ ਸੇਵਾ ਵਿੱਚ ਸੇਵਾ ਕਰਨ ਵਾਲੇ ਭਾਈ ਹਰ ਸਿੰਘ ਜੀ ਵੇਖਦਿਆਂ ਵੇਖਦਿਆਂ ਲੋਕ ਹੋ ਗਏ ਤੇ ਮਹਾਂਪੁਰਸ਼ਾਂ ਤੋਂ ਫਿਰ ਸਿੰਘਾਂ ਨੇ ਪੁੱਛਿਆ ਜੀ ਇਹ ਕੌਣ ਸਨ ਮਹਾਂਪੁਰਖ ਕਹਿਣ ਲੱਗੇ ਭਾਈ ਇਹ ਕਲਗੀ ਤਖਤ ਪਾਤਸ਼ਾਹ ਜੀ ਦੇ ਨਾਲ ਰਹਿਣ ਵਾਲੇ ਭਾਈ ਹਰ ਸਿੰਘ ਜੀ ਸਾਨੂੰ ਦਰਸ਼ਨ ਦੇਣ ਆਏ ਸਨ ਔਰ ਕਹਿੰਦੇ ਉੱਤਰਾਖੰਡ ਦੀਆਂ ਪਹਾੜੀਆਂ ਵਿੱਚ ਵਿਚਰ ਰਹੇ ਹੈ ਸਤਿਗੁਰੂ ਜੀ ਦੇ ਵਚਨ ਸਮਝ ਕੇ ਤੁਹਾਡੀ ਬਹੁਤ ਲੰਬੀ ਉਮਰ ਹੋਏਗੀ ਜਦੋਂ ਇੱਛਾ ਹੋਈ ਸਰੀਰ ਤਿਆਗ ਦਿਓ ਕਹਿੰਦੇ ਹੁਣ ਇਹ ਸਾਨੂੰ ਵਚਨ ਕਰਕੇ ਗਏ ਵੀ 8 ਦਿਨਾਂ ਦੇ ਵਿੱਚ ਵਿੱਚ ਅਸੀਂ ਹੁਣ ਆਪਣਾ ਸਰੀਰ ਛੱਡ ਜਾਣਾ ਤੇ ਫਿਰ ਸਿੰਘਾਂ ਨੇ ਪੁੱਛਿਆ ਜੀ ਤੁਹਾਡੀ ਵਾਰਤਾਲਾਪ ਕੀ ਹੋਇਆ ਕਹਿੰਦੇ ਅਸੀਂ ਸਭ ਤੋਂ ਪਹਿਲਾਂ ਇਹੀ ਵਚਨ ਪੁੱਛਿਆ ਸੀ ਕਿ ਜਦੋਂ 5 ਪਿਆਰਿਆਂ ਦੇ ਸੀਸ ਲਏ ਆ ਅੰਮ੍ਰਿਤ ਤਿਆਰ ਕੀਤਾ ਉਹ ਤੁਹਾਡੇ ਸਾਹਮਣੇ ਅੱਖੀ ਵੇਖੀ ਘਟਨਾ ਉਹ ਦੱਸੋ ਕਹਿੰਦੇ ਭਾਈ ਹਰ ਸਿੰਘ ਜੀ ਨੇ ਦੱਸਿਆ ਕਹਿਣ ਲੱਗੇ ਕਿ ਕਲਗੀਧਰ ਪਾਤਸ਼ਾਹ ਜੀ ਨੇ ਆਵਾਜ਼ ਦਿੱਤੀ ਲੱਖਾਂ ਦੇ ਕੱਟ ਵਿੱਚੋਂ ਵਾਰੀ ਵਾਰੀ ਸਿੰਘ ਉੱਠੇ ਤੇ ਸਾਰੀ ਸੰਗਤ ਦੇ ਸਾਹਮਣੇ ਸ੍ਰੀ ਸਾਹਿਬ ਚਲਾਈ ਤੇ ਧੜ ਇੱਕ ਪਾਸੇ ਸਿਰ ਇੱਕ ਪਾਸੇ ਸਾਰੀ ਸੰਗਤ ਦੇ ਵਿੱਚ ਹੀ ਸੀਸ ਲਏ ਔਰ ਸਾਰਿਆਂ ਦੇ ਸਾਹਮਣੇ ਧੜ ਨਾਲ ਉਹ ਸੀਸ ਜੁਦਾ ਕੀਤੀ ਸਾਰਿਆਂ ਦੇ ਦੇਖਦੇ ਹੋਏ ਕਹਿੰਦੇ ਫਿਰ ਅੰਮ੍ਰਿਤ ਤਿਆਰ ਕੀਤਾ ਤੇ ਇੱਕ ਇੱਕ ਬੁੱਕ ਲੈ ਕੇ ਇੱਕ ਸਿੰਘ ਨੂੰ ਕਹਿ ਕੇ ਬੁੱਕ ਖਲਾਉਂਦੇ ਸਨ ਧੜ ਨਾਲ ਸੀਸ ਜੋੜ ਕੇ ਤੇ ਮੂੰਹ ਵਿੱਚ ਅੰਮ੍ਰਿਤ ਪਾ ਦਿੰਦੇ ਸਨ ਸਿੰਘ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਬੈਠ ਜਾਂਦਾ ਸੀ ਕਹਿੰਦੇ ਉਹ ਸਤਿਗੁਰਾਂ ਨੇ ਅਗੰਮੀ ਕਲਾ ਵਰਤਾਈ ਉਹਨਾਂ ਪੰਜਾਂ ਨੂੰ ਫਿਰ ਆਪ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕਰਕੇ ਉਹਨਾਂ ਨੂੰ ਛਕਾਇਆ ਆਪ ਸ਼ਬਦ ਸਾਤ ਸਿਮਰਤ ਜੀ ਫਿਰ ਮਹਾਂਪੁਰਖਾਂ ਨੇ ਦਮਦਮਾ ਸਾਹਿਬ ਜੀ ਦੀ ਸਾਰੀ ਵਿਚਾਰ ਪੁੱਛੀ ਤਾਂ ਉਹਨਾਂ ਨੇ ਕਿਹਾ ਕਿ ਦਮਦਮਾ ਸਾਹਿਬ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਨਾਲ ਬਾਬਾ ਦੀਪ ਸਿੰਘ ਜੀ ਨੂੰ ਲਾ ਕੇ ਸਾਰਾ ਸਰੂਪ ਲਿਖਾਇਆ ਔਰ ਸ਼ਾਮ ਨੂੰ ਕਥਾ ਕਰਦੇ ਉਹਨਾਂ 48 ਸਿੰਘਾਂ ਵਿੱਚ ਮੈਂ ਵੀ ਸੀ ਕਥਾ ਸੁਣਨ ਵਾਲਾ ਔਰ ਅਖੀਰ ਤੇ ਮਹਾਰਾਜ ਜੀ ਨੇ 3 ਦਿਨ ਜਪਜੀ ਸਾਹਿਬ ਨਾਲ ਰੱਖ ਕੇ ਖੰਡ ਪਾਠ ਰੱਖਿਆ ਪੂਰੀ ਮਰਯਾਦਾ ਨਾਲ 5 ਧੂਪ ਵਾਲੇ ਮੂਲ ਮੰਤਰ ਔਰ ਧੂਪ ਦੀ ਸੇਵਾ 5 ਪਹਿਰੇਦਾਰ 5 ਲਾਦਰੀ 5 ਅਖੰਡ ਪਾਠੀ 5 ਜਪਜੀ ਸਾਹਿਬ ਵਾਲੇ 25 ਸਿੰਘ ਲਾ ਕੇ ਖੰਡ ਪਾਠ ਕੀਤਾ ਬਾਕੀ ਸਿੰਘਾਂ ਨੇ ਸਾਰੀ ਬਾਣੀ ਸੁਣੀ ਤੇ ਕਲਵੀ ਧਰਤੀ ਨੇ ਇੱਕ ਚੌਂਕ ਤੇ ਸਾਰਾ ਖੰਡ ਪਾਠ ਸੁਣਿਆ ਆਪ ਫਿਰ ਉਹਨਾਂ ਨੇ ਦੱਸਿਆ ਕਿ ਹਜ਼ੂਰ ਸਾਹਿਬ ਵੀ ਉਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿੱਥੇ ਨਿਸ਼ਾਨ ਸਾਹਿਬ ਥੱਲੇ ਹੈ ਨਾ ਜਿਹੜਾ ਚੰਨ ਗਾਦਾ ਪੂਰੀ ਵੱਡਾ ਨਿਸ਼ਾਨ ਸਾਹਿਬ ਇੱਕ ਉੱਤੇ ਪਖ ਸਾਹਿਬ ਹੈ ਥੱਲੇ ਹੈ ਕਹਿੰਦੇ
ਕਹਿੰਦੇ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾ ਕੇ ਚੰਦੂਆ ਲਾ ਕੇ ਕੱਤਕ ਸੁਧੀ ਗੂੰਜ ਨੂੰ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਤਾਬਿਆ ਚੌਰ ਦੀ ਸੇਵਾ ਵਿੱਚ ਲਾਇਆ ਔਰ ਪੰਜ ਸਿੰਘ ਤਾਬਿਆ ਖੜੇ ਕੀਤੇ ਪਿਆਰੇ ਧਰਮ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ ਔਰ ਭਾਈ ਸੰਤੋਖ ਸਿੰਘ ਜੀ ਜਿਹੜੇ ਹਜ਼ੂਰ ਸਾਹਿਬ ਦੇ ਪਹਿਲੇ ਜਥੇਦਾਰ ਅਤੇ ਕਹਿੰਦੇ ਪੰਜਵਾਂ ਦਾਸ ਨੂੰ ਲਾਇਆ ਸੀ ਔਰ ਸਤਿਗੁਰੂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜ ਪੈਸੇ ਅੱਗੇ ਰੱਖ ਕੇ ਨਾਰੀਅਲ ਬਣਾ ਕੇ ਮੱਥਾ ਟੇਕ ਕੇ ਪ੍ਰਕਰਮਾ ਕੀਤੀ। ਫਿਰ ਸਤਿਗੁਰੂ ਜੀ ਨੇ ਕਹਿੰਦੇ ਅਰਦਾਸ ਕੀਤੀ, ਫਿਰ ਹੁਕਮਨਾਮਾ ਸੁਣਾਇਆ, ਫਿਰ ਦੇਗ ਪ੍ਰਗਟਾਈ। ਕਹਿੰਦੇ ਇਹ ਸਾਰਾ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਤੇ ਮਹਾਂਪੁਰਖਾਂ ਨੇ ਉਹ ਸਾਰਾ ਇਤਿਹਾਸ ਸਾਰੇ ਸਿੱਧਾ ਸੁਣਾਇਆ। ਸੋ ਸਾਧ ਸਮੇਂ ਜੀ ਐਡੇ ਵੱਡੇ ਸਾਡੇ ਕੋਲ ਪ੍ਰਮਾਣਿਕ ਸਬੂਤ ਹੋਣ, ਫਿਰ ਵੀ ਸਾਡੀ ਸ਼ਰਧਾ ਡੋਲ ਜਾਏ, ਵਿਸ਼ਵਾਸ ਡੋਲ ਜਾਏ, ਭਾਵਨਾ ਸਾਡੀ ਥਿੱਕ ਜਾਏ, ਫਿਰ ਅਸੀਂ ਸਿੱਖ ਦੀ ਅਗਵਾਉਣ ਦਾ ਹੱਕ ਰੱਖਦਾ। ਸਿੱਖ ਅਗਵਾਉਣ ਦਾ ਸਾਨੂੰ ਕੋਈ ਹੱਕ ਨਹੀਂ। ਜਿਹੜੇ ਇਹੋ ਜਿਹਾ ਗਲਤ ਪ੍ਰਚਾਰ ਕਰਦੇ ਆ ਉਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਸੋ ਅੱਜ ਦੇ ਦਿਨ ਮੇਰੇ ਸਤਿਗੁਰੂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਪੰਜਾਂ ਪਿਆਰਿਆਂ ਨੂੰ ਛਕਾਇਆ, ਸੰਗਤਾਂ ਨੂੰ ਛਕਾਇਆ, ਆਪ ਸਮੇਤ ਪਰਿਵਾਰ ਦੇ ਅੰਮ੍ਰਿਤ ਛਕਿਆ। ਇਹ ਕਲਗੀ ਧਰ ਆਪ ਅੰਮ੍ਰਿਤ ਛਕਦੇ ਹੈ ਤਾਂ ਸਾਨੂੰ ਕੀ ਸਾਧ ਸੰਗਤ ਦੀ ਹੱਕ ਹੈ ਕਿ ਅਸੀਂ ਕੋਈ ਦਲੀਲਾਂ ਕੋਈ ਸਾਧ ਸੰਗਤ ਦੀ ਮਨ ਘੜਤ ਗੱਲਾਂ ਬਣਾਈਏ ਕਿ ਸਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ। ਸਿੱਖਾਂ ਦੇ ਘਰ ਵਿੱਚ ਜਨਮ ਲੈਣ ਵਾਲਾ ਹਰ ਮਾਈ ਭਾਈ ਨੂੰ ਕਲਗੀ ਧਰ ਦਾ ਹੁਕਮ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਣ। ਸੋ ਭਾਈ ਵਿਸਾਖੀ ਦਾ ਖਾਲਸੇ ਦੇ ਸਿਰਜਣਾ ਦਿਵਸ ਦਾ ਸ਼ੁਭ ਦਿਹਾੜਾ ਹੈ ਜਿਹਨਾਂ ਨੇ ਇਹਨੇ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ। 16 ਤਾਰੀਖ ਨੂੰ ਆ 16 ਨੂੰ ਐਤਵਾਰ ਇਸੇ ਐਤਵਾਰ ਇਸੇ ਸਥਾਨ ਤੇ ਅੰਮ੍ਰਿਤ ਸੰਚਾਰ ਹੋਣਾ। ਮਨ ਬਣਾਓ ਸਾਰੇ ਮਾਈ ਭਾਈ ਜਿਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਉਸ ਦਿਨ ਸਮੇਂ ਸਿਰ ਪਹੁੰਚ ਕੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਗੁਰੂ ਵਾਲੇ ਪਾਲੇ ਆਓ ਸੰਗਤ ਜੀ, ਅੱਜ ਵੈਸਾਖ ਦੇ ਮਹੀਨੇ ਦੀ ਸੰਗਰਾਂਦ ਦਾ ਵੀ ਪਵਿੱਤਰ ਦਿਹਾੜਾ ਹੈ। ਆਪ ਸੰਗਤਾਂ ਵੈਸਾਖ ਦੇ ਮਹੀਨੇ ਦੁਆਰਾ ਜੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਬਖਸ਼ਿਸ਼ ਕੀਤੇ ਹੈ ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ। ਪਤੀ ਦੀ ਪ੍ਰਸੰਨਤਾ, ਪਤੀ ਦੀ ਨਿਰਤਤਾ ਨੂੰ ਪ੍ਰਾਪਤ ਕਰਨ ਵਾਲੀ ਨੂੰ ਸੁਹਾਗਣ, ਸਹੁ ਦੀ ਪ੍ਰਾਪਤੀ ਕਰਨ ਵਾਲੀ, ਪਤੀ ਦੀ ਪ੍ਰਾਪਤੀ ਕਰਨ ਵਾਲੀ, ਪਤੀ ਤੋਂ ਵਿਛੜ ਚੁੱਕੀ ਨੂੰ ਦੁਹਾਗਣ। ਤੇ ਦੁਹਾਗਣ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ, ਉਹਦੀ ਇੱਜ਼ਤ ਦਾ ਵੀ ਕੋਈ ਭਾਈਵਾਲ ਨਹੀਂ, ਉਹਦੀ ਰੱਖਿਆ ਵੀ ਨਹੀਂ ਕੋਈ ਕਰਦਾ, ਉਹਦੀ ਸਹਾਇਤਾ ਵੀ ਨਹੀਂ ਕੋਈ ਕਰਦਾ, ਉਹਦੇ ਦੁੱਖ ਸੁੱਖ ਵਿੱਚ ਵੀ ਨਹੀਂ ਕੋਈ ਉਹਦੀ ਜਾ ਕੇ ਮਦਦ ਕਰਦਾ, ਜਿੰਨੀਆਂ ਮਰਜ਼ੀ ਕੋਈ ਮਰਿਆਦਾ ਕਰੀ ਜਾਏ। ਪਰ ਸਾਧ ਸੰਗਤ ਦੀ ਜਿਹੜੀ ਪਤੀ ਵਰਤਾ ਹੈ ਉਸ ਦੇ ਹਰ ਦੁੱਖ ਸੁੱਖ ਦੇ ਵਿੱਚ ਪਤੀ ਉਸ ਦੀ ਰੱਖਿਆ ਵੀ ਕਰਦਾ, ਉਹਦੀ ਫਰਿਆਦ ਵੀ ਸੁਣਦਾ, ਉਹਨੂੰ ਸਾਰੇ ਸੁੱਖ ਵੀ ਦਿੰਦਾ। ਇਸੇ ਤਰ੍ਹਾਂ ਜਿਹੜਾ ਮਨਮੁੱਖ ਹੈ, ਵਿਗੋਰਾ ਹੈ, ਗੁਰੂ ਵਾਲਾ ਨਹੀਂ ਬਣਿਆ, ਗੁਰੂ ਸਾਹਿਬ ਦੇ ਨਾਲ ਨਹੀਂ ਜੁੜਿਆ, ਐਸੇ ਮਨਮੁੱਖ ਪ੍ਰੇਮ ਦਾ ਵਿਛੋੜਾ ਇੱਕ ਪ੍ਰੇਮ ਹੈ ਜਿਹੜਾ ਗੁਰੂ ਨਾਲ
ਨਾਨਕ ਲਾਉਂਦਾ। ਇਹ ਤੁਹਾਡਾ ਸੰਗਤ ਦਾ ਪ੍ਰੇਮ ਹੈ ਜਿਹੜਾ ਤੁਸੀਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜੇ ਬੈਠੇ ਹੋ। ਪ੍ਰੇਮ ਹੀ ਗੁਰੂ ਨਾਲ ਜੁੜਦਾ, ਪ੍ਰੇਮ ਹੀ ਗੁਰੂ ਨਾਲ ਅਭੇਦ ਕਰਦਾ, ਪ੍ਰੇਮ ਹੀ ਪਰਮੇਸ਼ਰ ਸਰੂਪ ਵਾਹਿਗੁਰੂ ਦੀ ਅਭੇਦਤਾ ਦੀ ਦਾਤ ਬਖਸ਼ਦਾ। ਜਿਹਨੂੰ ਪ੍ਰੇਮ ਕਿਹੋ ਤਿੰਨ ਹੀ ਪ੍ਰਭ ਆਇਆ। ਪ੍ਰੇਮ ਦਾ ਵੀ ਫਰਕ ਹੈ, ਮਤਲਬ ਪ੍ਰੇਮ ਹੈ ਇੱਕ ਸ਼ੁੱਧ ਪ੍ਰੇਮ। ਮਨ ਮਲੀਨ ਇੱਛਾ ਲੈ ਕੇ ਦੁਨੀਆਂ ਵਿੱਚ ਜਿਹੜੇ ਪ੍ਰੇਮ ਕਰਦੇ ਹੈ ਉਹ ਨਰਕਾਂ ਦੇ ਭਾਗੀ ਬਣਦੇ ਹੋਏ। ਜਿਹੜੇ ਸ਼ੁੱਧ ਪ੍ਰੇਮ ਗੁਰੂ ਨਾਲ, ਗੁਰੂ ਕੀ ਸੰਗਤ ਨਾਲ ਕਰਦੇ ਹੈ, ਉਹ ਭਾਈ ਉਹਨਾਂ ਨੂੰ ਗੁਰੂ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਹੋ ਜਾਂਦਾ, ਗੁਰੂ ਦੀ ਰਹਿਮਤ, ਗੁਰੂ ਦੀਆਂ ਬਖਸ਼ਿਸ਼ਾਂ ਉਹਨਾਂ ਨੂੰ ਮਿਲਦੀਆਂ। ਇਸ ਕਰਕੇ ਵੈਸਾਖ ਦੁਆਰਾ ਉਪਦੇਸ਼ ਦੇ ਰਹੇ, ਵੈਸਾਖ ਦੇ ਮਹੀਨੇ ਦੁਆਰਾ, ਸਾਖ ਨਾਮ ਸਾਖਾਵਾਂ ਦਾ ਦਿਨਾਂ ਦੇ ਇੱਕ ਬਿਰਛ ਨੂੰ ਜਦੋਂ ਸਿਖਾਵਾਂ ਪੁੱਟਦੀਆਂ ਫਿਰ ਉਹਨੂੰ ਪੱਤੇ ਲੱਗਦੇ ਆ, ਫੁੱਲ ਲੱਗਦੇ ਆ, ਫਿਰ ਉਹਨੂੰ ਫਲ ਪੈਂਦਾ। ਇਸੇ ਤਰ੍ਹਾਂ ਮਨੁੱਖਾਂ ਤਨ ਦੇ ਅੰਦਰ ਸੁਭ ਇੱਛਾ, ਸੁਭ ਚਾਤਨਾ, ਜਦੋਂ ਮਾਨਸਾ ਅਸਮ ਸ਼ਕਤ ਪਦਾਰਥਾ ਭਾਵਨਾ ਉਪਰੀਆ ਜਾਂ ਸਭ ਸੰਭਵ ਸਰਦਾ ਤੀਸਰੀ ਸਮਾਧਾਨ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਅਨੁਕੂਲ ਪੈਦਾ ਹੋਣਾ, ਇਸੇ ਤਰ੍ਹਾਂ ਸ਼ਰਧਾ ਦਾ ਫਲ, ਪ੍ਰੇਮ ਦਾ ਫਲ ਜਦੋਂ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ, ਜਿਵੇਂ ਫਲ ਵਿੱਚ ਰਸ ਪੈਦਾ ਹੁੰਦਾ ਹੈ, ਇਹਨਾਂ ਦੇ ਹਿਰਦੇ ਵਿੱਚ ਨਾਮ ਦਾ ਰਸ ਪੈਦਾ ਹੁੰਦਾ ਹੈ। ਇਹਨਾਂ ਨੂੰ ਨਾਮ ਦਾ ਰਸ ਪ੍ਰਾਪਤ ਹੋ ਗਿਆ, ਉਹਨਾਂ ਨੂੰ ਬ੍ਰਹਮ ਗਿਆਨ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤਰ੍ਹਾਂ ਭਾਈ ਇਹਨਾਂ ਨੇ ਇਸ ਤਰ੍ਹਾਂ ਗੁਰੂ ਦੇ ਦਰ ਤੋਂ ਇਸ ਤਰ੍ਹਾਂ ਦਾ ਲਿਬਾਸ, ਗੁਰਸਿੱਖੀ ਸਾਖ ਨਾਮ ਲਿਬਾਸ ਦਾ ਵੀ ਹੈ। ਗੁਰਸਿੱਖੀ ਮਹਾਰਾਜ ਜੀ ਕਹਿੰਦੇ, ਰਹਿਣੀ ਰਹੇ ਸੋਈ ਸਭ ਮੇਰਾ, ਉਹ ਸਾਹਿਬ ਹੈ ਉਸ ਰਾਜੇ ਦਾ, ਰਹਿਤ ਬਿਨਾਂ ਮੈਂ ਸਿੰਘ ਕਹਾਵਾਂ, ਰਹਿਤ ਬਿਨਾਂ ਮੈਂ ਟੁੱਟਾ ਥਾ। ਜਿਹੜੇ ਗੁਰੂ ਦੇ ਲਿਬਾਸ ਨੂੰ ਜਿਹਨਾਂ ਨੇ ਐਸਾ ਧਾਰਨ ਕਰ ਲਿਆ, ਉਹ ਕਿਉਂ ਵਿਛੜਨਗੇ ਗੁਰੂ ਨਾਲੋਂ? ਕਦੇ ਵੀ ਵਿਛੜ ਨਹੀਂ ਸਕਦੇ। ਕਿਉਂ ਦਾ ਵਾਚਕੇ ਤੇ ਪ੍ਰਸ਼ਨ ਆ ਗਿਆ, ਉਹ ਕਦੇ ਵਾਸਤੇ ਵੀ ਗੁਰੂ ਨਾਲੋਂ ਵਿਛੜ ਨਹੀਂ ਸਕਦੇ। ਜਿਹਨਾਂ ਦਾ ਗੁਰੂ ਨਾਲ ਪ੍ਰੇਮ ਪੈ ਗਿਆ ਉਹਨਾਂ ਨੂੰ ਕਦੇ ਗੁਰੂ ਦਾ ਵਿਛੋੜਾ ਨਹੀਂ, ਪਰ ਕਦੇ ਵਾਸਤੇ। ਜੇ ਭਾਈ ਮਨੀ ਸਿੰਘ ਜੀ ਦਾ ਪ੍ਰੇਮ ਪੈ ਗਿਆ, ਬੰਦ ਬੰਦ ਕੱਟਿਆ ਗਿਆ, ਪਰ ਗੁਰੂ ਨਾਲੋਂ ਵਿਛੋੜਾ ਨਹੀਂ। ਬਾਬਾ ਦੀਪ ਸਿੰਘ ਜੀ ਦਾ ਸੀਸ ਧਾਨ ਨਾਲੋਂ ਜੁਦਾ ਹੋ ਗਿਆ, ਪਰ ਪ੍ਰੇਮ ਵਿੱਚ ਫਰਕ ਨਹੀਂ ਪਿਆ। ਬਹੁਤ ਪ੍ਰਸੰਗ ਹਨ ਗੁਰ ਇਤਿਹਾਸ ਵਿੱਚ, ਸਿੱਖ ਇਤਿਹਾਸ। ਭਾਈ ਉਹਨਾਂ ਨੂੰ ਕਦੇ ਗੁਰੂ ਦੇ ਪ੍ਰੇਮ ਦਾ ਵਿਛੋੜਾ ਵੀ ਨਹੀਂ ਪੈਂਦਾ, ਉਹ ਗੁਰੂ ਨਾਲੋਂ ਕਦੇ ਵੀ ਨਹੀਂ ਵਿਛੜਦੇ। ਉਹਨਾਂ ਨੂੰ ਗੁਰੂ ਦਾ ਐਸਾ ਲੋਕ ਵਿੱਚ ਵੀ, ਪ੍ਰਲੋਕ ਵਿੱਚ ਵੀ ਸੱਚੇ ਪਾਤਸ਼ਾਹ ਦਾ ਹਮੇਸ਼ਾ ਲਈ ਮਿਲਾਪ ਪ੍ਰਾਪਤ ਹੈ। ਸਦਾ ਦਾ ਧੀਰਜ ਮਿਲ ਗਿਆ ਸੀ, ਲੋਕ ਆ ਗਿਆ। ਇਹਨਾਂ ਨੇ ਹਰੀ ਸੱਜਣ ਸ੍ਰੇਸ਼ਟ ਜੋ ਸਾਰਿਆਂ ਦਾ ਪਿਆਰਾ ਵਾਹਿਗੁਰੂ ਹੈ, ਪੁਰਖ ਪੂਰਨ ਹੈ, ਜਿਹਨਾਂ ਨੇ ਉਸ ਵਾਹਿਗੁਰੂ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ ਹੈ, ਭੁੱਲ ਗਏ ਹੈ। ਸਹਾਇਤਾ ਨਹੀਂ ਦੁੱਖ ਦੇ ਟਾਈਮ ਕਰਦੇ,
जगत भर झूठी देखी पीर अपने ही सुख सुख समझा के क्या दार आ गया जग दिया झूठिया प्रीतियां ये कोई लोग लोग संग साथी बन के मदद नहीं करता संगी बनाया गुरुख बनाया गुरसिख बनाया फिर वो पुत्र भी तुहाडी सेवा करेगा ये घरवाली को सत्संगत दे जोड़िया संगत विचों गुरु का उपदेश सुनती है कि सेवा भावना वाला शुभ कर्म उहदे मन दे विच ख्याल आ गए वो भी करेगा जे मित्र गुरमुख गुरसिख है वह भी मदद कर दूंगा जे धन धर्म के अर्थ खर्चिया सत्संगत के अर्थ खर्चिया नानक अंदर सोमले दे खटे काले दे एडी कमाई खटके कालना विच सेवा विच लाई है धर्म दे आपको अके भी मिलेगी जिवें तुसी पुत्री कराई दसा नौंदी किरत विचों ओ माया महाराज दी सेवा विच बाणी दे प्रवाह विच अर्थ लंगर दी सेवा विच माया खर्ची गुर अस्थान दी सेवा विच शहीद परिवारां दी सेवा विच खर्च की माया इतने भी परलोक भी सहायता करे बाबे के बाबू के दो आप करे परमेश्वर सो जो बाबे के नाम रहता है तेन देखा बाबे के दसवंत हर पुरुष को गुरु घर देना चाहिए सेवा कि सफला होगा ये धन दे असी नहीं हकदार के असी कमा लिया सारा असी खा लिया महाराज की आज्ञा जी दस वस्तु बड़े पाचा पाव है एक वस्तु पाव में एक और गवाब है एक पीना दे दस पीर ते तो पूरा कोहरा करे तुसी धन कमाउंदे हो सारा धन अपने गले ते कितने खर्च करदे अपने पुत्रां दी हां रिश्तेदारां दे लोक बंदा ते सब ते खर्च करदे ये वो अधिकार तुहानू प्राप्त है तो यह भी अधिकार गुरु ने दिता कि दसवां हिस्सा दसवंत गुरु के निमित्त जरूर देना है दिता हुआ धन किया हुआ सफला धन वो भाई वाहिगुरु के दर से सहायता करे इस करके जे पुत्र भी संगी रह गया पुत्र को भी गुरु घर वाल नहीं जोड़िया घर वाली भी नहीं जोड़ी संघ साथी भी मित्र भी मन मुखा वाले रस्ते से तुरे जाते धन भी गलत पास लाई जाता फिर भाई इन्होंने साथ नहीं देना संघ की देह न संघ सदै दस पातशाह रहने वाली देह भी नाल साथ नहीं दी अमृतसरानों लेखा देना आए कठिन बहुत जब लेना क्या ते खटिया कहाँ गवाया चलो क्या ते खटिया कहाँ गवाया चलो साप की मान अमल किए चंगे उन्होंने तेरा प्रलोक के साथ जेडे माड़े कर्म है वह गवाही देने के जाके इन्हें चंगे कर्म नहीं किए सजा का हकदार है तू सजा दे इस करके साथ संगत जी अगे गए ना बनिए माल पटो बेटी जिन्होंने गुरु भी धारण किया गुरिया की अगे भी प्याद नहीं सुनी जाती ਮਾਨੀ ਮਾਰ ਕੇ ਵਾਹਿਗੁਰੂ ਨੇ ਦਰਬਾਰ ਤੋਂ ਕੱਢ ਕੇ ਨਰਕਾਂ ਵਿੱਚ ਪਾ ਦਿੱਤਾ ਜਾਂਦਾ ਇਹ ਗੁਰੂ ਵਾਲੇ ਨਹੀਂ ਇਹਨਾਂ ਦੀ ਕੋਈ ਮਦਦ ਕਰਨੀ ਵਾਹੁੰਦੇ ਜਦੋਂ ਧਰਮ ਰਾਜੇ ਕੋਲੇ ਜਾਂਦਾ ਹੈ ਤਾਂ ਉਦੋਂ ਕਲਮੀ ਧਰ ਜਾ ਕੇ ਬਾਹ ਫੜ ਲੈਂਦੇ ਮੇਰਾ ਸਿੱਖ ਹੈ ਮੇਰੀ ਸਿੱਖਣੀ ਹੈ ਇਹ ਮੇਰਾ ਗੁਰਸਿੱਖ ਮਾਈ ਭਾਈ ਮੇਰੇ ਪੁੱਤਰ ਪੁੱਤਰੀਆਂ ਇਹ ਧਰਮ ਰਾਜ ਤੂੰ ਇਹਨਾਂ ਤੋਂ ਹਿਸਾਬ ਨਹੀਂ ਲੈ ਸਕਦਾ ਉੱਥੇ ਕਲਮੀ ਧਰ ਬਾਹ ਤੋਂ ਫੜ ਕੇ ਆਪਣੀ ਗੁਰੀ ਸੰਖਣ ਵਿੱਚ ਲੈ ਹੁੰਦਾ ਜੇ ਗੁਰੂ ਵਾਲਾ ਹੀ ਨਹੀਂ ਹੋਏਗਾ ਤਾਂ ਕਲਪੀਆਂ ਵਾਲੇ ਨੇ ਛੋੜਨਾ ਜਿੱਥੋਂ ਮੈਂ ਭਾਈ ਕਦੇ ਨਹੀਂ ਛਡਾਏਗਾ ਇਸ ਕਰਕੇ ਭਾਈ ਉੱਥੇ ਫਿਰ ਇਹ ਸਾਰੇ ਸੰਗ ਸਾਥ ਨਹੀਂ ਦਿੰਦੇ ਕੇਵਲ ਗੁਰੂ ਹੀ ਸਾਥ ਦਿੰਦਾ ਇਸ ਕਰਕੇ ਤਾਂ ਮਹਾਰਾਜ ਪ੍ਰਮਾਣ ਕਰਦੇ ਕਿ ਇਹਨਾਂ 'ਚ ਕੋਈ ਵੀ ਅੰਤ ਦੇ ਸਮੇਂ ਸਹਾਇਤਾ ਨਹੀਂ ਕਰਦਾ ਹੈ ਸਹਾਇਤਾ ਕਰ ਪੰਚ ਪੰਚ ਸਗਲੀ ਹੋਈ ਇਹ
ਬੇਮੁਖ ਹੋ ਗਏ ਉਹ ਸੰਸਾਰ ਦੇ ਕੰਮਾਂ ਧੰਦਿਆਂ ਵਿੱਚ ਸੰਸਾਰ ਦੇ ਔਕੜਾਂ ਵਿੱਚ ਸੰਸਾਰ ਦੇ ਦੁੱਖਾਂ ਵਿੱਚ ਹੀ ਕੰਮ ਧੰਦਾ ਕਰ ਲਈਏ ਫਿਰ ਗੁਰਦੁਆਰੇ ਜਾਵਾਂਗੇ। ਉਹ ਜਦ ਨੂੰ ਹੋਰ ਖੜੇ ਹੋ ਜਾਂਦੇ ਚਾਰ ਉਹ ਫਸਦਾ ਫਸਦਾ ਰਹਿ ਜਾਂਦਾ ਆਹ ਕੰਮ ਕਰ ਲਈਏ ਨਿਤਨੇ ਫੇਰ ਕੰਮ ਕਰਦੇ ਕੰਮ ਹੀ ਅੱਗੇ ਤੋਂ ਅੱਗੇ ਖੜੀ ਹੋ ਜਾਂਦੇ ਨਿਤਨੇ ਹੁੰਦਾ ਹੀ ਕਹਿੰਦਾ ਅੱਜ ਨਹੀਂ ਛਕਿਆ ਫੇਰ ਛਕ ਲਾਂਗੇ ਜਵਾਨੀ ਚ ਨਹੀਂ ਛਕਿਆ ਬੁਢੇਪੇ ਚ ਛਕ ਲਾਂਗੇ ਬੁਢੇਪੇ ਚ ਕੀ ਬਰਗਾਂ ਤੁਰ ਜਾਂਦਾ ਫਸਦਾ ਫਸਦਾ ਵਿੱਚ ਹੀ ਰਹਿ ਜਾਂਦਾ ਉਹ ਸਾਰਾ ਸੰਸਾਰ ਪਲਚ ਪਲਚ ਕੇ ਫਸ ਫਸ ਕੇ ਸੰਸਾਰ ਦੇ ਰੁੱਖਾਂ ਵਿੱਚ ਸੰਸਾਰ ਦੇ ਔਕੜਾਂ ਵਿੱਚ ਇਹ ਸੰਸਾਰ ਇਹ ਰੁਮਾਈ ਇਹ ਜੀਵ ਸ੍ਰਿਸ਼ਟੀ ਇਹ ਜਿੰਦਗੀ ਵੀ ਮਰਦੀ ਜਾ ਰਹੀ ਹੈ। ਮਨੁੱਖਾ ਜੀਵਨ ਪ੍ਰਸਾਦ ਦਾ ਵੀ
ਜਿਹੜਾ ਉਹਨਾਂ ਲਈ ਸੋਭਨੀਕ ਹੈ, ਸੁਭਾਵਨਾ ਹੈ, ਜਿਹੜੇ ਸਤਿਗੁਰੂ ਰੂਪ ਹਰੀ ਪਰਮੇਸ਼ਵਰ ਦਾ ਸੁਖ ਸਤਿਗੁਰੂ ਰੂਪ ਸੰਤ ਸੱਚੇ ਪਾਤਸ਼ਾਹ ਜੀ ਨੂੰ ਮਿਲਦੇ। ਕਿਆ ਭਾਈ ਜਿਹੜੇ ਹਰੀ ਦੇ ਸੋਏ, ਹਰੀ ਵਾਹਿਗੁਰੂ ਦੇ ਜਿਹੜੇ ਸੋਏ ਪਿਆਰੇ ਸੰਤ ਹਨ, ਨਾਮ ਜਪਣ ਵਾਲੇ, ਜਿਹੜੇ ਉਹਨਾਂ ਦੀ ਗੁਰਮੁਖਾਂ ਦੀ ਗੁਰਸਿੱਖਾਂ ਦੀ ਸੰਗਤ ਕਰਦੇ ਹੈ, ਉਹਨਾਂ ਲਈ ਵੀ ਮਨੁੱਖਾਂ ਤੱਕ ਰੂਪ ਵੈਸਾਖ ਦਾ ਮਹੀਨਾ ਸੋਭਨੀਕ ਹੈ। ਪਹਿਲਾਂ ਆ ਗਿਆ ਵੈਸਾਖ ਦੀ ਰੂਪ ਵਾਢੀਆਂ ਸੰਧਾਰੀ ਨੂੰ ਵਿਦਵਾਨ ਕਹਿੰਦੇ ਹੈ, ਜਿਸ ਵਿਸ਼ੇ ਤੋਂ ਲੈ ਕੇ ਰੱਬ ਤੱਕ ਆਪਣੀ ਉਸੇ ਵਿੱਚ ਉਹਦੀ ਸੰਪੰਨਤਾ ਸੰਪੂਰਨਤਾ ਕਰਨ। ਪਹਿਲਾਂ ਕਿਹਾ ਕਿ ਇਹ ਵੈਸਾਖ ਦੇ ਮਹੀਨੇ ਵਿੱਚ ਜਾਂ ਮਨੁੱਖਾਂ ਤਨ ਰੂਪ ਵੈਸਾਖ ਦੇ ਮਹੀਨੇ ਵਿੱਚ ਜਿਹੜੇ ਵਾਹਿਗੁਰੂ ਤੋਂ ਵਿਛੜ ਗਏ ਉਹਨਾਂ ਨੂੰ ਧੀਰ ਦਿਲੀ ਸ਼ਾਂਤੀ ਵੀ ਮਿਲੇਗੀ, ਨਾ ਸਲੋਕ ਜਿਹਨਾਂ ਨੂੰ ਵਾਹਿਗੁਰੂ ਦਾ ਪਛੋੜਾ ਪੈ ਗਿਆ ਕੀ ਫਿਰ ਸ਼ਾਂਤੀ ਇਹਨਾਂ ਨੂੰ ਮਿਲਦੀ ਹੈ। ਮਹਾਰਾਜ ਕਹਿੰਦੇ ਜਿਹੜੇ ਸਤਿਗੁਰਾਂ ਦੇ ਜਾਂ ਵਾਹਿਗੁਰੂ ਦੇ ਨਾਮ ਜਪਣ ਵਾਲਿਆਂ ਦੇ ਚਰਨਾਂ ਨਾਲ ਲੱਗਦੇ ਉਹਨਾਂ ਦੇ ਮਨ ਇੱਥੇ ਵੀ ਔਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸ਼ਾਂਤੀ ਔਰ ਸੁਹਾਵਾ ਸੁੱਖ ਇਹ ਲੋਕ ਲੋਕ ਦਾ ਉਹਨਾਂ ਨੂੰ ਪ੍ਰਾਪਤ ਹੁੰਦਾ ਔਰ ਉਹਨਾਂ ਦੀ ਲੋਕ ਲੋਕ ਦੇ ਵਿੱਚ ਉਹਨਾਂ ਦੀ ਸ਼ੋਭਾ ਦਿਨ ਬ ਦਿਨ ਸਾਧ ਸੰਗਤ ਜੀ ਦਿਨ ਦਿਨ ਚੜ੍ਹੇ ਸੁਭਾਇਆ ਨਾਲ ਵਿਸਾਖੀ ਦੇ ਗੁਰਮੁਖੀ ਖਾਲਸੇ ਦੇ ਸਿਰਜਣਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਹੈ। ਅੱਜ ਦੇ ਦਿਨ 13 ਅਪ੍ਰੈਲ 1978 ਨੂੰ ਨਕਲੀ ਨਰਮਧਾਰੀਆਂ ਨੇ ਜਦੋਂ ਨਕਲੀ ਨਰਮਧਾਰੀਆਂ ਦੇ ਮੁਖੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕੀਤੀ ਤਾਂ ਮਹਾਂਪੁਰਖ ਦਮਦਮੀ ਟਕਸਾਲ ਦੇ ਚੌਥੇ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਭੰਡਰਾਂ ਵਾਲਿਆਂ ਨੂੰ ਪਤਾ ਲੱਗਾ। ਉਸ ਸਮੇਂ ਸਾਧ ਸੰਗਤ ਦੀ ਦਮਦਮੀ ਟਕਸਾਲ ਔਰ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੇ ਜਥੇਦਾਰ ਭਾਈ ਫੋਡਾ ਸਿੰਘ ਜੀ ਦੀ ਅਗਵਾਈ ਵਿੱਚ ਜਾ ਕੇ ਨਰਮਧਾਰੀ ਬਚਨੀ ਨੂੰ ਸਤਿਗੁਰਾਂ ਦੀ ਬੇਨਤੀ ਤੋਂ ਜਦੋਂ ਬੇਨਤੀ ਕਰਨ ਤੋਂ ਗੁਰੂ ਕੀ ਨਿੰਦਾ ਸੁਣੇ ਨਾ ਤਾਂ ਗੁਰੂ ਕੀ ਨਿੰਦਾ ਸਿੱਖ ਕਦੇ ਸੁਣ ਨਹੀਂ ਸਕਦਾ। ਜਦੋਂ ਰੋਕਣਾ ਚਾਹਿਆ ਤਾਂ ਉਹ ਨਿਰਦੋਸ਼ ਔਰ ਨਿਹੱਥੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। 13 ਸਿੰਘ ਅੱਜ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹੀਦ ਹੋਏ, 80 ਤੋਂ 80 ਸਿੰਘ ਫਟੜ ਹੋਏ। ਅੱਜ ਉਹਨਾਂ ਸਿੰਘਾਂ ਦਾ ਜਿਹਨਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ, ਅੱਜ ਉਹਨਾਂ ਸ਼ਹੀਦਾਂ ਦਾ ਦਿਹਾੜਾ ਵੀ ਆਪਾਂ ਮਨਾ ਰਹੇ ਹਾਂ। ਆਪਣੇ ਸ਼ਹੀਦਾਂ ਨੂੰ ਕਦੇ ਭੁੱਲਣਾ ਨਹੀਂ। ਜੇ ਇਹ ਕੌਮ ਦਾ ਕੋਈ ਭਵਿੱਖ ਹੈ, ਕੌਮ ਦੀ ਆਨ ਹੈ, ਸ਼ਾਨ ਹੈ, ਤਾਂ ਸਾਧ ਸੰਗਤ ਜੀ ਸਾਡੇ ਸ਼ਹੀਦਾਂ ਦੀ ਕੁਰਬਾਨੀ ਕਰਨੀ। ਸੋ ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਵੀ ਤਾਜ਼ਾ ਕਰ ਰਹੇ ਹਾਂ। ਮੁੰਬਈ ਦੀ ਧਰਤੀ 'ਤੇ ਦਮਦਮੀ ਟਕਸਾਲ ਦੇ ਬਾਅਦ ਮਨੁੱਖੀ ਸੰਗਠਨ ਵਾਸੀ ਮਹਾਂਪੁਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਵੀ ਆਉਂਦੇ ਰਹੇ। ਬੜਾ ਭਾਰੀ ਮਹਾਂਪੁਰਖਾਂ ਦਾ ਗੁਰਮੁਖ ਦੇ ਪ੍ਰਚਾਰ ਵਿੱਚ ਮੁੰਬਈ ਦੀ ਸੰਗਤਾਂ ਦੀ ਬੜਾ ਵੱਡਾ ਪਰਉਪਕਾਰ ਹੈ। ਸੋ ਹੁਣ ਵੀ ਤੁਸੀਂ ਉਹਨੇ ਜਥੇਬੰਦੀ ਨਾਲ ਪ੍ਰੇਮ ਰੱਖਦੇ ਹੋ, ਸੀਵੀ ਦੀ ਵੇਲਾ ਪੁੱਟੀਆਂ ਸੰਗਤਾਂ ਦਾ ਸਾਹ ਪਿਆਰ ਹੈ। ਸੋ ਮੈਂ ਸਾਰੀਆਂ ਸੰਗਤਾਂ ਨੂੰ ਤੇ ਵਿਸਾਖੀ ਦੇ ਰੋਲ ਮੇਲੇ ਦੀਆਂ ਖਾਲਸੇ ਦੇ ਸਿਮਰਨਾਂ ਦਿਵਸੀਆਂ ਬਹੁਤ ਬਹੁਤ ਵਧਾਈਆਂ ਦਿੰਦਾ, ਜਿਨ੍ਹਾਂ ਨੇ ਸ੍ਰੀ ਅਖੰਡ ਪਾਠਾਂ ਦੀ ਲੜੀ ਵਿੱਚ ਸੇਵਾ ਕੀਤੀ, ਉਹਨਾਂ ਪਰਿਵਾਰਾਂ ਦਾ ਵੀ ਔਰ ਖਾਸ ਕਰਕੇ ਜਥੇਬੰਦੀ ਵੱਲੋਂ ਜਿਹੜੇ ਪਾਠੀ ਸਿੰਘਾਂ ਨੇ ਲਗਭਗ 7 ਸਾਲ 9-10 ਮਹੀਨੇ ਅਖੰਡ ਪਾਠਾਂ ਦੀ ਲਗਾਤਾਰ ਸੇਵਾ ਕੀਤੀ, ਜਥੇ ਦੇ ਸਿੰਘਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਸੱਖਣ ਵਾਸੀ ਇਸ ਗੁਰੂ ਘਰ ਦੇ ਪ੍ਰਧਾਨ ਸਰਦਾਰ ਪ੍ਰਮੰਤ ਸਿੰਘ ਜੀ ਸਿੱਧੂ, ਉਹਨਾਂ ਨੇ ਵੀ ਸਾਧ ਸੰਗਤੀ ਆਪਣੇ ਹੁੰਦੇ ਆ ਜਥੇ ਦੇ ਸਿੰਘਾਂ ਨੂੰ ਬੁਲਾ ਕੇ ਇੱਥੇ ਅਖੰਡ ਪਾਠਾਂ ਦੀ ਗੋਦਰੀ ਕਰਵਾਈ ਸੀ ਔਰ ਬਹੁਤ ਵੱਡੀ ਦਮਦਮੀ ਟਕਸਾਲ ਦੇ ਨਾਲ ਉਹਨਾਂ ਦਾ ਪ੍ਰੇਮ, ਉਹਨਾਂ ਦੀ ਸ਼ਰਧਾ, ਉਹਨਾਂ ਦਾ ਭਰੋਸਾ, ਚੜ੍ਹਦੀ ਕਲਾ ਵਾਲੇ ਗੁਰਸਿੱਖ, ਬੜਾ ਪਰਉਪਕਾਰੀ ਜੀਵਨ ਸੀ। ਅੱਜ ਵੀ ਉਹਨਾਂ ਨੂੰ ਸੰਗਤ ਯਾਦ ਕਰਦੀ ਹੈ। ਉਹਨਾਂ ਨੇ ਸਾਰਾ ਜੀਵਨ ਗੁਰੂ ਘਰ ਦੀ ਪੰਥ ਦੀ ਸੇਵਾ ਵਿੱਚ ਲੇਖੇ ਲਾਇਆ। ਸੋ ਉਹਨਾਂ ਦੀ ਬਹੁਤ ਵੱਡੀ ਸਾਡੇ ਲਈ ਘਾਟ ਹੈ। ਸੋ ਉਹਨਾਂ ਦੇ ਪ੍ਰੇਮ ਨੂੰ ਮੁੱਖ ਰੱਖਦਿਆਂ ਉਸੇ ਤਰ੍ਹਾਂ ਸੀ ਗੁਰੂ ਜੀ ਦੀ ਸੰਗਤ ਨੇ
ਸਾਧ ਸੰਗਤ ਦੀ ਪੰਥ ਦੀ ਕੌਮ ਦੀ ਸਮਤ ਦੇ ਭਲੇ ਦੀ ਪੰਥ ਦੀ ਕੱਢੀ ਕਲਾਲੀ ਸੀ ਬੀਬੀ ਦੀ ਸੰਗਤ ਦੀ ਸਤਿਗੁਰੂ ਜੀ ਦੇ ਚਰਨਾਂ ਨਾਲ ਪ੍ਰੀਤ ਬਣੇ ਇਹ ਖੰਡ ਪਾਠਾਂ ਦਾ ਪ੍ਰਵਾਹ ਚਲਾਇਆ ਸੀ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਾਰੀ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ ਸਰਦਾਰ ਜਸਪਾਲ ਸਿੰਘ ਜੀ ਸਿੱਧੂ ਪ੍ਰਧਾਨ ਜੋ ਇਸ ਗੁਰੂ ਘਰ ਦੇ ਵਿੱਚ ਸੇਵਾਦਾਰ ਗੁਰੂ ਘਰ ਦੇ ਵਿੱਚ ਸਾਧ ਸੰਗਤ ਦੀ ਸੇਵਾਦਾਰੀ ਹੈ, ਸੇਵਾ ਕਰਨ ਵਾਲਿਆਂ ਨੂੰ ਤਖਤ ਅਤੇ ਤਾਜ ਮਿਲੇ ਹੈ। ਸੋ ਇਸ ਲਈ ਭਾਈ ਜਸਪਾਲ ਸਿੰਘ ਜੀ ਸਿੱਧੂ ਜੋ ਗੁਰੂ ਘਰ ਦੇ ਸੇਵਾਦਾਰ ਪ੍ਰਧਾਨ ਸਾਹਿਬ ਹਨ, ਸਾਰੀ ਪ੍ਰਬੰਧਕ ਕਮੇਟੀ ਹੈ, ਮੈਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਕਰਦਾ। ਇਸੇ ਤਰ੍ਹਾਂ ਸਰਦਾਰ ਖੁਸ਼ਹਾਲ ਸਿੰਘ ਜੀ ਸਾਂਝੀ ਜੀ ਦਾ ਪਰਿਵਾਰ ਜਿਨ੍ਹਾਂ ਦੀ ਬਹੁਤ ਵੱਡੀ ਜਥੇਬੰਦੀ ਰਣਵੀਰ ਟਕਸਾਲ ਦੀ ਸੇਵਾ ਹੈ, ਉਹਨਾਂ ਦੇ ਸਪੁੱਤਰ ਸਰਦਾਰ ਗੁਰਮੀਤ ਸਿੰਘ ਜੀ ਬਲ ਪ੍ਰਧਾਨ ਜੋ ਮਹਾਰਾਸ਼ਟਰ ਟੈਂਕਰ ਯੂਨੀਅਨ ਨੂੰ ਵੀ ਚੇਤੇ ਤੌਰ 'ਤੇ ਪਹੁੰਚੇ ਹੈ, ਸਾਡੇ ਬਹੁਤ ਸਰਕਾਰ ਜੋ ਸਰਦਾਰ ਹਰਭਜਨ ਸਿੰਘ ਜੀ ਪੱਪੂ ਮੂਲਣ ਤੋਂ ਜਿਨ੍ਹਾਂ ਦਾ ਰਣਵੀਰ ਟਕਸਾਲ ਦੀਆਂ ਸੇਵਾਵਾਂ ਵਿੱਚ ਬੜਾ ਵੱਡਾ ਯੋਗਦਾਨ ਹੈ ਉਹ ਵੀ ਪਹੁੰਚੇ ਹੈ, ਦਮਦਮੀ ਟਕਸਾਲ ਦੇ ਬੜੇ ਪ੍ਰਸਿੱਧ ਮਹਾਨ ਵਿਦਵਾਨ ਕਥਾ ਵਾਚਕ ਗਿਆਨੀ ਗੁਰਲਾਲ ਸਿੰਘ ਸਾਧ ਸੰਗਤ ਜੀ ਗਿਆਨੀ ਗੁਰਲਾਲ ਸਿੰਘ ਦੀ ਬੜੀ ਦ੍ਰਿੜਤਾ ਨਿਡਰਤਾ ਵਿਦਵਤਾ ਦੇ ਨਾਲ ਪੰਥ ਦੋਖੀਆਂ ਨੂੰ ਗੁਰਬਾਣੀ ਗੁਰ ਇਤਿਹਾਸ ਦੇ ਦੋਖੀਆਂ ਨੂੰ ਨਿੰਦਕਾਂ ਨੂੰ ਬੜਾ ਸਾਧ ਸੰਗਤ ਜੀ ਤਕੜਿਆਂ ਹੋ ਕੇ ਉਹਨਾਂ ਦਾ ਮੁਕਾਬਲਾ ਕਰ ਰਹੇ ਹੈ ਔਰ ਦ੍ਰਿੜਤਾ ਪੂਰਵਕ ਚੜ੍ਹਦੀ ਕਲਾ ਦੇ ਨਾਲ ਪ੍ਰਚਾਰ ਕਰ ਰਹੇ ਹੈ। ਬਹੁਤ ਸਤਿਗੁਰੂ ਜੀ ਦੀ ਉਹਨਾਂ ਉੱਤੇ ਕਿਰਪਾ ਬਖਸ਼ਿਸ਼ ਹੈ, ਸਰਦਾਰ ਜਸਪਾਲ ਸਿੰਘ ਜੀ ਸਿੱਧੂ ਉਹਨਾਂ ਨਾਲ ਬੜਾ ਪ੍ਰੇਮ, ਉਹਨਾਂ ਨੇ ਗਿਆਨੀ ਜੀ ਨੂੰ ਪਿਛਲੇ ਦਿਨਾਂ ਤੋਂ ਇੱਥੇ ਕਥਾ ਲਈ ਬੁਲਾਇਆ, ਉਹ ਵੀ ਚੇਤੇ ਤੌਰ 'ਤੇ ਸੰਗਤ ਦੇ ਦਰਸ਼ਨ ਕਰ ਰਹੇ ਹਨ। ਗਿਆਨੀ ਗੁਰਲੱਭ ਸਿੰਘ ਜੀ ਜਿਨ੍ਹਾਂ ਨੇ ਦਮਦਮੀ ਟਕਸਾਲ ਵਿੱਚੋਂ ਗੁਰਮਤਿ ਵਿੱਦਿਆ ਪ੍ਰਾਪਤ ਕੀਤੀ, ਉਹ ਹੁਣ ਇੱਥੇ ਕਥਾ ਦੀ ਸੇਵਾ ਨਿਭਾਇਆ ਕਰਨਗੇ, ਉਹਨਾਂ ਨੂੰ ਵੀ ਪ੍ਰੇਮ ਨਾਲ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੇ ਇੱਥੇ ਬੁਲਾਇਆ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਬਹੁਤੇ ਰਾਮਾਂ ਦੀ ਤਫਸੀਲ ਵਿੱਚ ਨਾ ਜਾਂਦਾ ਹੋਇਆ ਮੈਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਕਰਦਾ। ਪੰਥ ਦਾ ਪ੍ਰਸਿੱਧ ਕਵੀਸ਼ਰੀ ਰਥਾ ਭਾਈ ਗੋਬਿੰਦਰਪਾਲ ਸਿੰਘ ਜੀ ਬਹਿਤਾ ਉਹ ਹੁਣ ਸੰਗਤਾਂ ਦੇ, ਕਿਉਂਕਿ ਸਾਧ ਸੰਗਤ ਜੀ ਕਵੀਆਂ ਦੀ ਪਰੰਪਰਾ ਵੀ ਕਲਗੀ ਧਰਨੇ ਤੋਂ ਰਹੀ ਹੈ, ਸ਼੍ਰੀ ਪਾਉਂਟਾ ਸਾਹਿਬ ਜੀ ਦੀ ਧਰਤੀ ਤੋਂ ਕਵੀ ਦਰਬਾਰ ਸਾਹਿਬ ਗੁਰਮਾਰਾ ਅੱਜ ਵੀ ਉੱਥੇ ਸੁਭਾਇਮਾਨ ਹੈ, ਜਪਣਾ ਕਥਾ ਦੇਖਣ ਜਪਣਾ ਦਰਿਆ ਦੇ ਕੱਢਦੇ ਕਰਦੇ, ਉਹਦਾ ਨਾਮ ਹੈ ਗੁਰਦੁਆਰਾ ਕਵੀ ਦਰਬਾਰ ਪਾਤਸ਼ਾਹੀ ਦਸਤਾਰ। ਕਵੀਆਂ ਦੇ ਦੀਵਾਨ ਸੰਤ ਨੂੰ ਵੀ ਲਵਾਇਆ ਕਰ ਗੁਰੂ ਘਰ ਦੇ ਵਿੱਚ ਕਵੀਆਂ ਦੀ ਪਰੰਪਰਾ ਕਲਗੀ ਧਰਤੀ ਨੇ ਆਰੰਭ ਕੀਤੀ, ਢਾਡੀਆਂ ਦੀ ਪਰੰਪਰਾ ਛੇਵੇਂ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਆਰੰਭ ਕੀਤੀ। ਸੋ ਪੰਥ ਦਾ ਪ੍ਰਸਿੱਧ ਕਮਿਸ਼ਨਰੀ ਜਥਾ ਉਹ ਵੀ ਤੁਹਾਡੇ ਦਰਸ਼ਨ ਕਰੇਗਾ, ਸਾਰੀਆਂ ਸੰਗਤਾਂ ਨੇ ਇਕਾਗਰਤਾ ਨਾਲ ਸ਼ਾਮ ਤੱਕ ਦੀ ਵਾਤ ਚੱਲਣੀ ਹੈ, ਸਾਰੇ ਨੇ ਸ਼ਰਧਾ ਭਾਵਨਾ ਨਾਲ ਹਾਜ਼ਰੀਆਂ ਭਰਨੀਆਂ, ਦਾਸ ਦੀ ਆਪਣੀ ਹਾਜ਼ਰੀ ਪ੍ਰਵਾਨ ਕਰਨੀ, ਤੁਲਾ ਚੁੱਕਾ ਕਿਵਾਂ ਕਰਨੀਆਂ।
वाहे गुरु जी का खालसा वाहे गुरु जी।